ਦੇਖੋ ਆਪਾਂ ਸਾਰੇ ਹੀ ਬੜੇ ਤੁਸੀਂ ਸੂਝਵਾਨ ਸਰੋਤੇ ਹੋ, ਤਾਂ ਅੱਜ ਦੇ ਸਮੇਂ 'ਚ ਨਾ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਮੈਂ ਖੁਦ ਦਸਮ ਪਾਤਸ਼ਾਹ ਦੀ ਬਾਣੀ 'ਤੇ ਕਾਫੀ ਉਹਨੂੰ ਸਟੱਡੀ ਕੀਤਾ, ਤਾਂ ਜਿਹੜੇ ਲੋਕ ਵਿਰੋਧ ਵਿੱਚ ਵੀ ਗੱਲ ਕਰਦੇ ਸਨ ਉਹਨਾਂ ਨੂੰ ਸੁਣਿਆ ਵੀ ਆ, ਜਾਂ ਯੂਟਿਊਬ 'ਤੇ ਜਾਂ ਜਿਹੜੇ ਉਹਨਾਂ ਨੇ ਸਵਾਲ ਉਠਾਏ। ਮੈਨੂੰ ਆਮ ਤੌਰ 'ਤੇ ਮੈਂ ਟੋਟਲੀ ਹੱਕ ਵਿੱਚ ਬੋਲਦਾ, ਇਸ ਕਰਕੇ ਕੁਝ ਲੋਕ ਮੇਰੇ ਖਿਲਾਫ਼ ਵੀ ਬੋਲਦੇ ਨੇ, ਉਹਨਾਂ ਨੂੰ ਇਹ ਹੁੰਦਾ ਵੀ ਮੈਂ ਪਤਾ ਨਹੀਂ ਕਿਸੇ ਟਕਸਾਲ ਜਾਂ ਸੰਪਰਦਾ ਲਈ ਬੋਲ ਰਿਹਾ। ਦਰਅਸਲ ਇੰਝ ਨਹੀਂ ਹੈ, ਬਾਣੀ ਸਾਰਿਆਂ ਵਾਸਤੇ ਸਤਿਕਾਰਤ ਹੈ, ਚਾਹੇ ਸਧਾਰਨ ਕਿਰਤੀ ਲੋਕ ਨੇ ਸਾਡੇ, ਚਾਹੇ ਰਾਗੀ ਢਾਡੀ ਪ੍ਰਚਾਰਕ ਨੇ, ਚਾਹੇ ਅਸੀਂ ਲੋਕ ਆ। ਕਈ ਵਾਰੀ ਹੁੰਦਾ ਕਿ ਕਿਸੇ ਸ਼ਬਦ ਦੀ ਵਿਆਖਿਆਕਾਰੀ ਗਲਤ ਸ਼ੁਰੂ ਹੋ ਜਾਂਦੀ ਹੈ, ਤਾਂ ਜਿਹੜਾ ਕਾਵਿ ਰੂਪ ਹੁੰਦਾ ਇਹਦੇ 'ਚ ਇੱਕ ਬਹੁਤ ਵੱਡਾ ਭੇਦ ਹੁੰਦਾ। ਵੈਸੇ ਇਹਦਾ ਅਮੀਰ ਪੱਖ ਗਿਣਿਆ ਜਾਂਦਾ ਵਿਦਵਾਨਾਂ 'ਚ, ਕਿ ਜਿਸ ਕਾਵਿ ਰੂਪ ਦੇ ਲੋਕ ਕਈ ਅਰਥ ਬਣਾ ਸਕਦੇ ਆ, ਇਹਦਾ ਮਤਲਬ ਬਹੁਤ ਵੱਡਾ ਮਹਾਨ ਜਿਹੜਾ ਉਹ ਰਚਨਾ ਹੈ। ਤਾਂ ਇਹ ਸਹਿਜ ਭਾਵੀ ਵਰਤਾਰਾ ਹੁੰਦਾ, ਜਿਵੇਂ ਜਪਜੀ ਸਾਹਿਬ ਦੇ ਤਕਰੀਬਨ 90 ਟੀਕੇ ਹੋ ਚੁੱਕੇ ਆ, ਤਾਂ ਇਹ 90 ਟੀਕਾਕਾਰਾਂ ਵਿੱਚ ਥੋੜ੍ਹੀ ਥੋੜ੍ਹੀ ਭਿੰਨਤਾ ਵੀ ਆਏਗੀ, ਕਈ ਥਾਈਂ ਕਾਫੀ ਆਏਗੀ, ਕਈ ਥਾਈਂ ਘੱਟ ਵੀ ਆਏਗੀ, ਕਿਉਂਕਿ ਇਲਾਕਾਈ ਬੋਲੀਆਂ ਨੇ ਉਹਦੇ ਵਿੱਚ, ਜੇ ਭਗਤਾਂ ਦੇ ਇਲਾਕੇ ਦੀ ਬਾਣੀ ਹੈ ਤਾਂ ਕਈ ਸ਼ਬਦ ਸਾਡੇ ਇਲਾਕਿਆਂ ਵਿੱਚ ਉਹਦੇ ਅਰਥ ਵੀ ਬਦਲ ਜਾਂਦੇ ਆ। ਇਹ ਸਹਿਜ ਭਾਵੀ ਵਰਤਾਰਾ ਹੈ, ਮਨੁੱਖੀ ਸੁਭਾਅ ਦਾ। ਇਹਦੇ ਬਾਰੇ ਮੈਂ ਇੱਕ ਕਹਿੰਦਾ ਹੁੰਦਾ ਕਿ ਅਸੀਂ ਸਾਰੇ ਲੋਕ ਖਾਣ ਵਾਲੇ ਸਮੋਸੇ ਨੂੰ ਸਮੋਸਾ ਕਹਿੰਦੇ ਹਾਂ, ਜਿਹੜਾ ਆਲੂਆਂ ਦਾ ਬਣਿਆ ਹੋਇਆ, ਪਰ ਇੱਕ ਸੰਗਰੂਰ ਦੇ ਹਲਕੇ ਵਿੱਚ ਪਰਨੇ ਨੂੰ ਸਮੋਸਾ ਕਹਿੰਦੇ ਆ, ਪਟਕੇ ਨੂੰ ਜਾਂ ਪਰਨੇ ਨੂੰ ਸਮੋਸਾ ਕਹਿੰਦੇ ਆ। ਹੁਣ ਜੇ ਉਸ ਇਲਾਕੇ ਦਾ ਕੋਈ ਵਿਦਿਆਰਥੀ ਅਰਥ ਕਰ ਬੈਠੇ, ਉਹ ਪਰ ਸਮੋਸੇ ਦੇ ਅਰਥ ਪਰਨਾ ਵੀ ਕਰ ਸਕਦਾ, ਮਤਲਬ ਉਹਦੀ ਯਕਦਮ, ਕਿਉਂਕਿ ਘਰ ਵਿੱਚ ਅਕਸਰ ਇਹਨੂੰ ਬੋਲਿਆ ਜਾਂਦਾ। ਜਿਵੇਂ ਊਠ ਨੂੰ ਲੋਕ ਬੋਤਾ ਬੋਲਦੇ ਸਨ, ਇਸ ਲਈ ਬਹੁ ਗਿਣਤੀ ਦੇ ਦਿਮਾਗ ਵਿੱਚ ਸ਼ਕਲ ਵੇਖ ਕੇ ਬੋਤਾ ਸ਼ਬਦ ਆਉਂਦਾ, ਨਾ ਕਿ ਊੜਾ ਊਠ ਸ਼ਬਦ ਆਉਂਦਾ। ਇਹ ਵੀ ਇੱਕ ਟੀਕਾਕਾਰੀ ਵਿੱਚ ਸਹਿਜ ਭਾਵੀ ਸੰਭਾਵਨਾ ਹੁੰਦੀ ਹੈ। ਦਸਮ ਪਾਤਸ਼ਾਹ ਦੀ ਬਾਣੀ, ਕਿਉਂਕਿ ਸਾਡੀ ਰੋਜ਼ਾਨਾ ਦੀ ਮਰਿਆਦਾ ਦਾ ਮੁੱਖ ਭਾਵ ਹੈ, ਅਸਲ ਵਿੱਚ ਸਾਡੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਹੈ, ਸਾਡਾ ਹੈ ਕਿ ਜਿਹੜਾ ਸਾਡਾ ਸਿਧਾਂਤ, ਪਰੰਪਰਾਵਾਂ, ਮਰਿਆਦਾ ਜਿਹੜੀ ਸਥਾਪਿਤ ਹੋ ਗਈ ਹੈ, ਜਦੋਂ ਅਸੀਂ ਉਹਨੂੰ ਤੋੜਨ ਦੀ ਕੁਝ ਲੋਕ ਕੋਸ਼ਿਸ਼ ਕਰਦੇ ਆ, ਅਤੇ ਜੇ ਤੁਸੀਂ ਬਿਲਡਿੰਗ ਨੂੰ ਸਥਾਪਿਤ ਰੂਪ ਰੱਖਣਾ, ਅਤੇ ਜੇ ਉਹਦੇ ਪਿੱਲਰ ਤੁਸੀਂ ਸਿੱਟ ਦਿਉਂਗੇ ਜਾਂ ਉਹਦੀਆਂ ਕੰਧਾਂ ਨੂੰ ਡੇਗ ਦਿਉਂਗੇ, ਅਤੇ ਉਹਦੀ ਛੱਤ ਕਿਵੇਂ ਖੜੀ ਰਹੇਗੀ। ਅਸਲ ਵਿੱਚ ਜਦੋਂ ਕੁਝ ਲੋਕ ਸਾਡੇ ਨਿਤਨੇਮ 'ਤੇ ਜਾਂ ਸਾਡੀ ਰਹਿਤ ਮਰਿਆਦਾ ਦੀ ਬਾਣੀ 'ਤੇ ਅਟੈਕ ਕਰਦੇ ਆ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਥੰਮਾਂ ਦੇ ਉੱਤੇ ਸਾਡੇ ਪੰਥ ਦਾ ਮਹੱਲ ਖੜ੍ਹਾ, ਇਹ ਉਹਨਾਂ ਥੰਮਾਂ ਨੂੰ ਤੋੜਨ ਦੀ ਕੋਸ਼ਿਸ਼ ਹੈ। ਇਹਨੂੰ ਨੀਮ ਨਾਸਤਕਵਾਦ ਕਹਿ ਲਓ, ਸ਼ਰਾਰਤ ਕਹਿ ਲਓ, ਏਜੰਸੀਆਂ ਦਾ ਏਜੰਡਾ ਕਹਿ ਲਓ, ਮੂਰਖਤਾਈ ਕਹਿ ਲਓ, ਅਗਿਆਨਤਾ ਕਹਿ ਲਓ, ਔਰ ਇਹ ਬੜੀ ਸਾਜ਼ਿਸ਼ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਕੋਸ਼ਿਸ਼ ਕੀਤੀ ਜਾਂਦੀ ਆ। ਭਾਵੇਂ ਹੁਣ ਇਹ ਮੁੱਦਾ ਕਾਫੀ ਇਸ ਲਈ ਠੰਡਾ ਹੋਇਆ ਕਿਉਂਕਿ ਵਿਰੋਧੀਆਂ ਦੀ ਇੱਕ ਵੀ ਨੀਤੀ ਸਫਲ ਨਹੀਂ ਹੋਈ। ਉਹਨਾਂ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਵੀ ਅੰਮ੍ਰਿਤ ਸੰਚਾਰ ਕਰਨਾ ਚਾਹਿਆ ਪਰ ਕੋਈ ਛਕਣ ਵਾਸਤੇ ਨਹੀਂ ਆਇਆ। ਉਹਨਾਂ ਨੇ ਕੁਝ ਸਟੇਜਾਂ 'ਤੇ ਉਹਨਾਂ ਲੋਕਾਂ ਨੂੰ ਸਮਾਜ ਨੇ ਪ੍ਰਮਾਣ ਵੀ ਨਹੀਂ ਕੀਤਾ ਜਿੰਨੇ ਸਾਡੇ ਕੌਮ ਦੇ ਵਿਦਵਾਨ ਹੋਏ। ਸਿੰਘ ਸਭਾ ਲਹਿਰ ਤੋਂ ਵੀ ਪਹਿਲੇ ਪਿਛੋਕੜ ਵਿੱਚ ਜਿੰਨੇ ਵਿਦਵਾਨ ਹੋਏ, ਚਾਹੇ ਉਹ ਸ਼ੁਰੂਆਤ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਵਰਗੇ ਸੂਝਵਾਨ ਸਨ, ਫਿਰ ਭਾਈ ਵੀਰ ਸਿੰਘ ਜੀ ਆਏ ਉਹਨਾਂ ਤੋਂ ਬਾਅਦ, ਫਿਰ ਪ੍ਰਿੰਸੀਪਲ ਗੰਗਾ ਸਿੰਘ ਜੀ ਆਏ, ਫਿਰ ਪ੍ਰਿੰਸੀਪਲ ਸਤਵੀਰ ਸਿੰਘ ਆਏ, ਡਾਕਟਰ ਗੰਡਾ ਸਿੰਘ ਆਏ, ਮਸਕੀਨ ਸਾਹਿਬ ਜੀ ਨੇ, ਅੱਜ ਕੱਲ੍ਹ ਪਿੰਦਰਪਾਲ ਸਿੰਘ ਜੀ ਕਥਾ ਕਰਦੇ ਨੇ, ਹੋਰ ਵੀ ਬਹੁਤ ਸਾਰੇ ਵਿਦਵਾਨ ਸੱਜਣ ਨੇ। ਉਸ ਤੋਂ ਪਿਛੋਕੜ ਵਿੱਚ ਵੀ ਜਿੰਨੇ ਵਿਦਵਾਨ ਹੋਏ, ਕਿਸੇ ਨੇ ਵੀ ਕਿੰਤੂ ਪਰੰਤੂ ਇਸ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਸਮਝ ਇੰਨੀ ਵੱਡੀ ਸੀ। ਜਾਪ ਸਾਹਿਬ ਦੀ ਬਾਣੀ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀ ਅੰਮ੍ਰਿਤ ਸੰਚਾਰ ਦੀ ਔਰ ਨਿਤਨੇਮ ਦੀ ਬਾਣੀ ਆ, ਜਾਪ ਸਾਹਿਬ ਵਰਗਾ ਛੰਦ ਦੁਨੀਆ ਦੇ ਕਿਸੇ ਵੀ ਥਾਂ 'ਤੇ ਕਾਵਿ ਕਲਾ 'ਚ ਵੀ ਨਹੀਂ ਆ। ਰੂਹਾਨੀ ਮੰਡਲ 'ਚ ਤਾਂ ਵੱਖ ਗੱਲ ਹੈ ਕਿਉਂਕਿ ਅਧਿਆਤਮਕ ਬਾਣੀ ਹੈ, ਪਰ ਆਮ ਜਿਹੜੇ ਅਸੀਂ ਜਿੰਨੇ ਵੀ ਕਵੀਆਂ ਦੀਆਂ ਹੋਰ ਬਹੁਤ ਕੁਝ ਲੋਕਾਂ ਨੇ ਕਵਿਤਾ ਰਚੀ ਹੁੰਦੀ ਹੈ, ਇਹੋ ਜਿਹੀ ਛੰਦ ਜਿਹੜੀ ਕਲਾ ਹੈਗੀ ਆ ਉਹ ਕਿਤੇ ਵੀ ਨਹੀਂ ਆ। ਜਿਵੇਂ ਮੈਂ ਕਹਿੰਦਾ ਉਹਨਾਂ, ਜਿਹੜਾ ਏਕ ਅੱਛਰੀ ਛੰਦ ਆ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਚਿਆ, ਇਹ ਤੁਸੀਂ ਭਾਰਤੀ ਕਾਵਿ ਪਰੰਪਰਾ ਦੇ ਵਿੱਚ ਇੱਕ ਅੱਖਰ ਤੋਂ ਛੰਦ ਕਿਸੇ ਨੂੰ ਲਿਖਣਾ ਹੀ ਨਹੀਂ ਆਉਂਦਾ। ਇਹ ਤਾਂ ਸਿੱਖਾਂ ਨੂੰ ਸਗੋਂ
एक माण ते फकर होना चाहिए भी सतगुरां दी जिथे तेग दी कला है उत्थे कलम दी कला भी कमाल है। एक कचरी चंद अजय अलै अपै अवै अपहू अजू नास कास गंज पंज लख पख, ये मतलब एक एक अखर जिहड़ा वो एक बड़े वड्डे अर्थां दा पसारा करदा। ते असीं माण करन दी थां ते उहदा कुछ लोगों अपमान करना शुरू कर दिता है। जदों कि परमात्मा दे नाम मतलब इस रूप विच है जिवें नमो सूरज सूरजे नमो चंद्र चंद्रे, तू तो सूरजां दा भी सूरज आ तैनू नमस्कार है। तो मैं तां ही सगरांद नाल जोड़ के कहा सी कि सगरांद वाले दिन असीं सूरजां दे सूरज की पूजा करते हैं जिहड़ा अकाल पुरख है। तो भारतीय संस्कृति सूरज की पूजा करती सी भी जो रुत बदलती है सूरज करके बदलती है, सूरज एको रुत अनेक नानक करते के किते वेस। सूरज रास बदलता तो महीना बदलता, बारह ही रासा ने सूरज दियाँ, पर सूरज की रास नाल उहनू संक्रांति कह लेंदे आ। साडी संगरांद है, असीं जिन्हें सूरज नू भी बनाया असीं उस अकाल की पूजा करते हैं। इस करके जिहड़ा सिखां च एवें दुबधा खड़ी कर दो मस्या नहीं साडी, पुन्या नहीं साडी, संगरांद नहीं साडी, नहीं ये साडे एक जोड़ मेले आ। ते जोड़ मेले का अर्थ हुंदा भी जे कोई टुटिया होया वह इस मेले च आके जुड़ जाता, जिवें साडे शहीदियां नू भी साका सरहंद साका चमकौर नू शहीदी जोड़ मेले कहा गया भी इहो जिहा इतिहास सुनाया जाएगा जिहड़ा गुरु घर तो कोई जिहनूं पंजाबी च कहिंदे कच्चा भी होवे ढिल्ला भी होवे वह भी गुरु का इतिहास सुन के गुरु घर नाल जुड़ जाता। ये सानू ये बजुर्गों ने ना ही इन्ने सोहने रखे है कि यह पंथ का जोड़ मेला। ये असी क्योंकि रूहानीयत मंडल की बाणी है और ये ही असी सवैये पढ़ते हैं, सवैये साढ़े जेडे श्रावक शुद्ध समूह सिधान के ये सारी दुनिया की एक बहुत वड्डी फिलासफी है कि सब देख लेने श्रावक शुद्ध समूह सिधान के देख फिरो घर जोग जति के सूर सुरारदन शुद्ध सुधादक संत समूह अनेक मति के सारी देश को देख रहे हो मत को ना देखियत प्राण पति के श्री भगवान की भय कृपा हो ते एक रत्ती बिन एक रत्ती के। एक मतलब रत्ती भरते नहीं है जे इन्हां विच अकाल पुरख का प्यार नहीं है। ये चाहे किन्ने भी वड्डे अपने आप नूं योधे कहिंदे होण जोगी कहिंदे होण पहुँचे हुए कहिंदे होण ते दूसरे जिहड़े सवैये आ तकरीबन उन्हां विच्चों इहनूं रख्या दे शब्द दे तौर ते भी बहुत सारे लोग जाप करदे आ, जिहड़ा है रोगन ते अरसोगन ते जल जोगन ते बहु भांत बचावै सत्र अनेक चलावत काव तउ तन एक न लागन पावै राखत है अपनों कर दै कर पाप संभू न पेटन पावै और की बात कहाँ तो कैसो सो पेट ही के पट बीच बचावै। इहनूं वेखो हर बंदे दा एक नज़रिया हुंदा पढ़न दा ते भरोसे दा। साडे रख्या दे शब्द ये अक्सर एक प्रकरण आउंदा कि शब्दों की एक आपो अपनी है तो सारी बाणी ही सत्कारयोग है, पर मनुख भावक तौर पर जिथे जुड़ता भी है तो किसी शब्द का सिमरन भी इस करके करता वो मन च को दुबधावान जो समस्या भी होंदिया दुख भी होंगे ने तो वह भाणे च रहा हो फिर भी तंदुरुस्ती वास्ते रख्या की अरदास करता क्योंकि मनुख कमजोर है और इनू आसरे की लोड़ होंगी है। इसलिए सतगुरां ने क्योंकि ये रूहानी मंडल दियां बाणियां ने चौपी बाणी क्योंकि इहदा रचना स्थान बपौर साहब आ उत्थे उह दिन भी मनाया जाता बपौर साहब विखे गुरद्वारा साहब तुसीं बहुत सारे सज्जण गए भी होंगे उत्थे तकरीबन भादों के दिनों में जिहड़ा दिन आउंदा रचना काल दा उहदे बारे सतगुरां ने रचना काल भी लिखिया उहदी शक्ति भी लिखी सुनै गुंग जो याहे सो रसना पावी। जे कोई गूंगा भी सुनेगा ना हुण गूंगा बंदा बाहरी तलते जवान करके भी गूंगा ते आत्मक तलते भी बंदा गूंगा हुंदा। इहदे हुण दोनों रूप जाणगे क्योंकि इहदे बाहरी अर्थ भी ने इहदे जिहड़े आ भाव अर्थ भी ने भी जिहड़ा कई बहुत समाज जिहड़ा आत्मक तलते गूंगा ही हुंदा। कई वारी बंदे नूं उहो जिहा वायुमंडल नहीं मिलदा उहो जिहा माहौल नहीं मिलदा कई वारी संगत नहीं मिली हुंदी कई वारी चंगे भले लोगों च बहन का मौका नहीं मिलया हुंदा ते उहनूं कहिंदे वी बंदा आत्मक तौर पर भी गूंगा है ते जबान करके भी गूंगा। इहदे दोनों ही रूप विच बिथे ने सुनै गुंग जो याहे सो रसना पावई सुनै मूढ़ चित लाए चतरता आवई दुख दर्द भौ निकट न तिन नर कह रह
खोजो याकी एक बार चौपी को कह। और ये तुहानू गुरबाणी विच भी शब्द मिलेगा, पिंगल पर्बत पार परे खल चतरब कीता, अंधले त्रे भुमण सूझिया खल भेट कनीता, महिमा साधु संघ की सुनो मेरे मीता। अंधला भी तिना भुमणा की सोझी लै सकता ते पिंगला भी पर्बतां नू पार कर सकता। एक शब्दों का तालमेल आपस में है, क्योंकि फलसफा इको आ गुरु नानक गुरु गोबिंद सिंह महाराज जी दे घर दा, और सतगुरां ने रचना काल भी लिखिया। ये साड़ी ना पुरातन ग्रंथां दी एक विधि सी कि हर ग्रंथ नू काव्य रूप विच उहदी स्याही दा वेरवा ते उहदे लिखण दा काल काव्य रूप विच लिखिया जांदा सी। सतगुरां ने लिखिया संबत 17 सहस पणिजै, भी जिहड़ा संबत है वह 1700 ते सहस पणिजै अद्धा सौ, अर्ध सहस फुन तीन कहिजे, अद्धा सौ ते उपर तीन, ये 1753 संबत है। ये 57 माइंस करांगे ते तकरीबन ये जिहड़ा 1600 ते 96 का काल बनता, मतलब खालसा पंथ की साजना तो 3 साल पहला का काल बनता। संबत 17 सहस पणिजै, भी संबत जिहड़ा 1700 कहा जाता, अर्ध सहस अद्धा सौ फुन तीन कहिजै, उपर तीन कहे जाते हैं। भादरों सुधी, भादरों के महीने च सुधी चल रही है, सुधी हुंदी आ मस्या तो अगे सुधी के दिन चलते हैं, तो पुन्या तो बाद वधी के दिन चलते हैं। साडा सारा इतिहास सुधियां वधियां नाल, जिवें हुण पोह सुधी सत्तवीं दसम पातशाह जी का प्रकाश पुरब है, तो 26 दसंबर की जिहड़ी मस्या, तो 2 जनवरी जिहड़ी आ ਉਹ 7 दिन बन जाते हैं ਪੋਹ ਸੁਦੀ ਸੱਤਵੀਂ ਦੇ। ਇਸਲਈ ਐਤਕਵਾਰ ਜਿਹੜਾ ਗੁਰਪੁਰਬ ਹੈ ਉਹ ਪੋਹ ਸੁਦੀ ਸੱਤਵੀਂ ਜਿਹੜਾ 2 ਜਨਵਰੀ ਨੂੰ ਹੁੰਦਾ, ਕਿਉਂਕਿ 26 ਦਸੰਬਰ ਦੀ ਮੱਸਿਆ ਅਤੇ ਮੱਸਿਆ ਤੋਂ ਅੱਗੇ ਸੁਦੀ ਚੱਲ ਪੈਂਦੀ ਆ। ਉਹ ਜਿਹੜਾ ਭਾਦਰਮ ਸੁਦੀ, ਭਾਦਰੋਂ ਦੇ ਮਹੀਨੇ ਦੀ ਮੱਸਿਆ ਤੋਂ ਭਾਦਰੋਂ ਸੁਦੀ ਅਸ਼ਟਮੀ ਰਵ ਵਾਰਾ, ਐਤਵਾਰ ਦਾ ਦਿਨ ਆ, ਰਵ ਅਸੀਂ ਸੂਰਜ ਨੂੰ ਕਹਿੰਦੇ ਹਾਂ, ਜੋ ਸਤਿਗੁਰਾਂ ਨੇ ਵਰਤਿਆ ਨਾ, ਹੇ ਰਵ ਹੇ ਸੱਸ ਹੇ ਕਰੁਣਾਨਿਦ, हे सूरज रूप वाहेगुरू, हे चंद्रमा रूप वाहेगुरू, हे दया दे खजाने मेरी अबै बेनती सुन लीजै। सतगुरां दी बाणी च बहुत बारी शब्द आया रब वारा। वैसे भी जिहड़ा ऐतवार है ये आदित्या संस्कृत विच सूरज नूं कहिंदे आ, ते जिहड़ा ऐतवार है जदों इह वारां ते आपां गल करांगे ते इह हुंदा भी ऐतवार दा दिन सूरज दा दिन। कुछ लोग इस दिन सूरज की पूजा करते सन, इनू रब वार तां कह लैंदा, रवि का अर्थ भी सूरज आ, जिथे ना पहुँचे रवि तिथे पहुँचे कवि, जिथे कहिंदे सूरज की किरण भी ना पहुँचे उत्थे कवि की कविता पहुँच जाती है, भावें वह लिखती रूप च पहुँचे बोल रूप च पहुँचे, ये शब्द एक दूजे नाल मिलते ने। भाद्रव सुधी अष्टमी रब वारा, तीर सद्रव ग्रंथ सतारा, सतलुज के तीर, तीर कहिंदे कंढे ते, उस दे लागे दी दरिया वगदा, उस सतलुज के किनारे इस ग्रंथ का समुची रचना का इनू सोध्या गया, सुधारा जा इहदा प्रगट रूप दिता गया। ये वेखो इहो जिहे बड़े ही रहस ने कलगीधर पातशाह महाराज जी की रचना विच, खास करके विचित्र नाटक विच बहुत सारा इतिहास है। भंगाणी के युद्ध का हाल कलगीधर पातशाह जी ने विचित्र नाटक विच लिखिया, 9वें पातशाह की शहीदी का वेरवा विचित्र नाटक विच है। विचित्र का अर्थ है आश्चर्यजनक हैरानीजनक। ये नाटक वो नहीं भी जिवें आम साडे लोग नाटक खेलते हैं ड्रामा खेलते हैं, ये रचना का एक रूप दिता होया कि ये आश्चर्यजनक जी रचना है, जिदे विच बहुत विस्तार च वेरवे दिते हुए ने। जे 9वें पातशाह की शहीदी है तो सब तो पहला हवाला कलगीधर पातशाह जी का लिखा कि ठीकर फोर दलीस सिर प्रभ पुर किया पयान, तेग बहादुर सी किरिया करी न किन्हू आन, तेग बहादुर के चलत भयो जगत को शोक, है सब जग पयो जय 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 सुरलोक। होर भी शब्द ये 9वें पातशाह की शहादत बारे है, और दसां गुरु साहिबान विच्चों केवल कलगीधर पातशाह जी ने 10 गुरु एक जोत है। जाते पहला साड़ी गुरु ग्रंथ साहिब महाराज जी की बाणी च आएगा, सत्ते बलवंड की वार विच जोत ओहा जुगत साए सह काया फेर पलटी है, ते जां
ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਚਾਹੁੰਦਾ। ਗੁਰੂ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨੈ ਪਾਇਓ, ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨ ਹੂੰ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹੱਥ ਨਾ ਆਈ। ਸਤਿਗੁਰੂ ਕਹਿੰਦੇ ਕਿ ਜਿਹੜੇ ਬੰਦਗੀ ਵਾਲੇ ਨੇ ਉਹ ਤਾਂ ਪਹਿਚਾਣ ਲੈਣਗੇ ਵੀ ਇੱਕੋ ਰੂਪ ਨੇ ਗੁਰੂ ਸਾਹਿਬਾਨ, ਪਰ ਜਿਹੜੇ ਮੂੜ ਨੇ ਉਹ ਕਹਿਣਗੇ ਜੋਤ ਇੱਕ ਕਿਵੇਂ ਹੋ ਸਕਦੀ ਹੈ। ਇਹ ਅੱਜ ਤੱਕ ਵੀ ਕੁਝ ਲੋਕ ਜਿਹੜੇ ਨਾਸਤਕ ਮਤੀਏ ਹੁੰਦੇ ਆ ਜਾਂ ਬੇਲੋੜੇ ਸ਼ੰਕੇ ਕਰਨ ਵਾਲੇ ਹੁੰਦੇ ਆ, ਉਹਨਾਂ ਦਾ ਧਰਮ ਬਹੁਤਾ ਪਰਪੱਕ ਹੁੰਦਾ ਨਹੀਂ ਜਾਂ ਵਿਚਾਰਿਆਂ ਦੀ ਘਾੜਤ ਨਹੀਂ ਹੋਈ ਹੁੰਦੀ, ਇਹ ਉਹਨਾਂ ਦੀ ਮਜਬੂਰੀ ਹੁੰਦੀ ਹੈ। ਪਰ ਜੇ ਕਲਗੀਧਰ ਪਾਤਸ਼ਾਹ ਮਹਾਰਾਜ ਲਿਖਦੇ ਨੇ ਅਤੇ ਗੁਰਬਾਣੀ ਵਿੱਚ ਇਹ ਸ਼ਬਦ ਦਰਜ ਨੇ ਜਿਹੜੇ ਸਾਡੇ ਸੱਤੇ ਬਲਵੰਡ ਕੀ ਵਾਰ ਹੈ ਤਾਂ ਜਾਂ ਭੱਟ ਬਾਣੀ ਵਿੱਚ ਹੈ, ਤਾਂ ਇਹ ਸਾਰਾ ਇੱਕ ਰੂਪ ਹੈ। ਔਰ ਇਹਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੇਰਵਾ ਵੀ ਦਿੱਤਾ, ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ। ਇੱਕ ਪਾਸੇ ਬਾਬੇ ਕੇ ਇਸ ਧਰਤੀ 'ਤੇ ਆਏ, ਇੱਕ ਪਾਸੇ ਬਾਬਰ ਕੇ ਧਾੜ ਵੀ ਬਣ ਕੇ ਆਏ। ਇਹਨਾਂ ਦੋਨਾਂ ਦੀ ਇੱਕ ਟੱਕਰ ਹੈ। ਟੱਕਰ ਕੀ ਹੈ ਕਿ ਬਾਬਰ ਕੇ ਜ਼ੁਲਮ ਕਰਕੇ ਸਮਾਜ ਨੂੰ ਲੁੱਟਦੇ ਨੇ, ਡਰਾਉਂਦੇ ਨੇ, ਧਮਕਾਉਂਦੇ ਨੇ, ਅਤੇ ਬਾਬੇ ਕੇ ਦੁਨੀਆਂ ਦੀ ਦੁਖੀਆਂ ਦੀ ਬਾਂਹ ਫੜਦੇ ਨੇ। ਔਰ ਬਾਬਰਕਿਆਂ ਵਿੱਚੋਂ ਫਿਰ ਜਹਾਂਗੀਰ ਆ ਗਿਆ, ਸ਼ਾਹਜਹਾਨ ਆ ਗਿਆ, ਔਰੰਗਜ਼ੇਬ ਬਾਦਸ਼ਾਹ ਆ ਗਿਆ, ਪਰ ਬਾਬਿਆਂ ਕੇ 249 ਸਾਲ ਵਿੱਚ ਜਿਹੜਾ ਇਸ ਧਰਮ ਦਾ ਪਰਚਮ ਬੁਲੰਦ ਕਰਦੇ ਆ। ਔਰ ਇਸੇ ਲਈ ਦੁਨੀਆ ਭਰ ਵਿੱਚ ਬਾਬੇ ਕੇ ਅੱਜ ਦਿਨ ਮਨਾਏ ਜਾਂਦੇ ਆ, ਕਿਉਂਕਿ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਨਾ ਕੋਈ ਔਰੰਗਜ਼ੇਬ ਬਾਦਸ਼ਾਹ ਦਾ ਦਿਨ ਮਨਾਉਂਦਾ, ਨਾ ਕੋਈ ਜਹਾਂਗੀਰ ਦਾ ਮਨਾਉਂਦਾ, ਨਾ ਕੋਈ ਬਾਬਰ ਦਾ ਮਨਾਉਂਦਾ, ਨਾ ਕੋਈ ਸ਼ਾਹਜਹਾਨ ਦਾ ਮਨਾਉਂਦਾ। ਉਹਨਾਂ ਨੇ ਤਖ਼ਤ ਬਣਾਏ, ਤਖ਼ਤ ਮਿਟ ਗਏ। ਬਾਬੇ ਕਿਆਂ ਨੇ ਤਖ਼ਤ ਵੀ ਬਣਾਏ ਤਾਂ ਤਖ਼ਤ ਵੀ ਅਕਾਲ ਦੇ ਤਖ਼ਤ ਹੋ ਗਏ ਜੁਗਾਂ ਜਗੰਤਰਾਂ ਤੱਕ। ਹਿੰਦੁਸਤਾਨ ਵਿੱਚ ਪਤਾ ਨਹੀਂ ਕਿੰਨੇ ਤਖ਼ਤ ਬਣੇ, ਕਿੰਨੇ ਤਖ਼ਤ ਖਤਮ ਹੋਏ, ਕਿਸੇ ਦਾ ਕੋਈ ਨਾਮ ਨਿਸ਼ਾਨ ਨਹੀਂ। ਚਾਹੇ ਲਾਹੌਰ ਵਿੱਚ ਤਖ਼ਤ ਬਣੇ, ਚਾਹੇ ਦਿੱਲੀ ਵਿੱਚ, ਚਾਹੇ ਜਿੰਨੀਆਂ ਸਲਤਨਤ ਛੋਟੀਆਂ ਛੋਟੀਆਂ, ਬਹੁਤ ਸਾਰੇ ਤਖ਼ਤ ਬਣਦੇ ਰਹੇ, ਲੋਕ ਤਖ਼ਤਾਂ 'ਤੇ ਬਹਿੰਦੇ ਰਹੇ, ਤਖ਼ਤ ਖਤਮ ਹੋ ਗਏ। ਕੇਵਲ ਜਿੱਥੇ ਗੁਰੂ ਸਾਹਿਬਾਨ ਜਿਸ ਸਥਾਨ 'ਤੇ ਬਿਰਾਜਮਾਨ ਹੋਏ ਉਹ ਤਖ਼ਤ ਜਿਹੜੇ ਆ। ਮੈਂ ਤਾਂ ਹੀ ਕਹਿੰਦਾ ਹੁੰਦਾ ਕਿ ਤੁਸੀਂ ਵਿਅਕਤੀਗਤ ਕਿਸੇ ਦਾ ਮਨੁੱਖ ਨਾਲ ਵਿਰੋਧ ਹੋ ਸਕਦਾ, ਪਰ ਤਖ਼ਤ ਗੁਰੂ ਦਾ, ਤਖ਼ਤ ਦਾ ਸਤਿਕਾਰ ਸਿੱਖਾਂ ਨੇ ਕਾਇਮ ਰੱਖਣਾ। ਵਿਅਕਤੀਗਤ ਤੁਸੀਂ ਮਨੁੱਖ ਦਾ ਵਿਰੋਧ ਕਰ ਸਕਦੇ ਹੋ, ਭਾਵੇਂ ਕਿਸੇ ਕਾਲਜ ਵਿੱਚ ਕੋਈ ਪ੍ਰਿੰਸੀਪਲ ਮਾੜਾ, ਤੁਸੀਂ ਪ੍ਰਿੰਸੀਪਲ ਦਾ ਵਿਰੋਧ ਕਰ ਸਕਦੇ ਹੋ, ਕਾਲਜ ਦਾ ਨਹੀਂ ਕਰ ਸਕਦੇ। ਕਿਉਂ ਕਾਲਜ ਬਣਾਉਣ ਵਾਲਿਆਂ ਦੇ ਪਿੱਛੇ ਤਾਂ ਮਿਸ਼ਨ ਆ ਨਾ ਕਿ ਸਾਡੇ ਬੱਚੇ ਵਿੱਦਿਆ ਪ੍ਰਾਪਤ ਕਰਨ। ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਉਹਦੇ ਨਾਲ ਸਾਡਾ ਵਿਰੋਧ ਹੋ ਸਕਦਾ ਵੀ ਉਹਦੀ ਜੀਵਨ ਯੁਕਤ ਨਹੀਂ ਚੰਗੀ, ਪਰ ਗੁਰਦੁਆਰਾ ਸਾਹਿਬ ਦੇ ਖਿਲਾਫ਼ ਨਹੀਂ ਅਸੀਂ ਹੋ ਸਕਦੇ, ਕਿਉਂਕਿ ਗੁਰਦੁਆਰਾ ਸਾਹਿਬ ਤਾਂ ਗੁਰੂ ਦਾ ਸਥਾਨ ਹੈ। ਇਸ ਲਈ ਕਿਸੇ ਤਖ਼ਤ ਦੇ ਉੱਤੇ ਕਿਸੇ ਮਨੁੱਖ ਨਾਲ ਸਾਡੇ ਵਿਰੋਧ ਹੋ ਸਕਦਾ ਸਾਡੇ ਵਿਚਾਰਾਂ ਦਾ, ਪਰ ਤਖ਼ਤ ਸਾਡੇ ਗੁਰੂ ਦਾ। ਇਸ ਲਈ ਤਖ਼ਤ ਦਾ ਸਮਾਨ ਜਦ ਤੱਕ ਸਿੱਖ ਪੰਥ ਕਾਇਮ ਰੱਖੇਗਾ, ਤਖ਼ਤ ਦੀ ਹੋਂਦ ਨੂੰ ਮਿਟਾਉਣ ਵਾਸਤੇ ਵੀ ਬਹੁਤ ਸਾਰੀਆਂ ਸ਼ਕਤੀਆਂ ਨੇ। ਵੀ ਸਾਨੂੰ ਜਾਣ ਬੁੱਝ ਕੇ ਵੀ ਬਦਨਾਮ ਇਸ ਲਈ ਕੀਤਾ ਜਾਂਦਾ ਕਿ ਸਾਡੇ ਕੋਲ ਹੋਰ ਦਾ ਬਦਲਾਓ ਕੀ ਹੈ। ਜਿਵੇਂ ਹਿੰਦੁਸਤਾਨ ਵਿੱਚ ਲੋਕਤੰਤਰ ਦਾ ਕੋਈ ਬਦਲਾਓ ਨਹੀਂ ਹੈ, ਵੀ ਇਹਨਾਂ ਨੇ ਕਿਵੇਂ ਆ ਸਰਕਾਰ ਚੁਣਨੀ, ਕਿਵੇਂ ਮੁਲਕ ਨੂੰ ਚਲਾਉਣਾ। ਪੰਥ ਕੋਲ ਜੇ ਤਖ਼ਤ ਦਾ ਵਜੂਦ ਹੈ ਤਾਂ ਸਾਡੀ ਹੋਂਦ ਹੈ, ਨਹੀਂ ਤਾਂ ਜਿੰਨੇ ਹੁਣ ਤੁਸੀਂ ਵਾਦੋ ਵਾਦ ਵਹਿੰਦੇ ਹੋ, ਐਵੇਂ ਸਧਾਰਨ 15 ਸਾਲ ਦਾ ਛੋਕਰਾ ਜਿਹਾ ਉੱਠਦਾ ਗੁਰੂ ਨਾਨਕ ਪਾਤਸ਼ਾਹ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੰਦਾ, ਆ ਦਿੱਲੀ 'ਚ ਨਲਾਇਕ ਜੈਕ, ਮਤਲਬ ਉਹ ਜਿੰਨਾ ਉਹ ਘਟੀਆ ਕਿਸਮ ਦੀ ਸ਼ਬਦਾਵਲੀ ਬੋਲਦਾ, ਜਾਂ ਕੁਝ ਇਸ ਤਰ੍ਹਾਂ ਦੇ ਵੇਖਾ ਵੇਖੀ ਹੋਰ ਨਿਕੰਮੇ ਜਿਹੇ ਲੋਕ ਪੈਦਾ ਹੋ ਗਏ, ਉਹ ਮਤਲਬ ਜਿਹਦਾ ਮਨ ਆਉਂਦਾ ਜੋ ਮਰਜ਼ੀ ਇਤਿਹਾਸ ਦੇ ਉੱਤੇ ਬੜੇ ਭੈੜੇ ਸ਼ਬਦਾਂ 'ਚ ਬੋਲਣਾ ਸ਼ੁਰੂ ਕਰ ਦਿੰਦਾ। ਕਦੇ ਵੀ ਜਿਹੜੀਆਂ ਜਥੇਬੰਦਕ ਕੌਮਾਂ ਨੇ ਉਹਨਾਂ ਦਾ ਵਜੂਦ ਨੂੰ ਇਸ ਤਰ੍ਹਾਂ ਜੇ ਕੋਈ ਢਾਹ ਲਾਉਂਦਾ, ਹੋਰ ਕਿਸੇ ਧਰਮ 'ਚ ਦੇਖੋ ਕਦੀ ਕੋਈ ਨਹੀਂ ਬੋਲੇਗਾ। ਅਸੀਂ ਉਹਨਾਂ ਦੀ ਕਿਸੇ ਮਾਨਤਾ ਨਾਲ ਸੰਬੰਧਿਤ ਹੋਈਏ ਨਾ ਹੋਈਏ, ਸਨਾਤਨ ਮਤ ਹੈ, ਉਹਨਾਂ ਦੀਆਂ ਸੈਂਕੜੇ ਤਰ੍ਹਾਂ ਦੀਆਂ ਪੂਜਾ ਨੇ, ਸੈਂਕੜੇ ਤਰ੍ਹਾਂ ਦੇ ਮੰਦਰ ਨੇ, ਕੋਈ ਵੀ ਸਨਾਤਨ ਮਤ ਦੇ ਵਿੱਚ ਕੋਈ ਵੀ ਬੰਦਾ ਕਦੀ ਆਪਦੇ ਧਰਮ ਦੇ ਖਿਲਾਫ਼ ਨਹੀਂ ਬੋਲਦਾ। ਕਦੀ ਤੁਸੀਂ ਕ੍ਰਿਸਚਨਾਂ ਦੇ ਦੇਖੋ, ਕੋਈ ਵਟਸਐਪ 'ਤੇ ਕੋਈ ਆਪਦੇ ਚਰਚ ਦੇ ਖਿਲਾਫ਼ ਲਿਖਦਾ ਹੋਵੇ ਜਾਂ ਆਪਦੇ ਗ੍ਰੰਥ ਦੇ ਖਿਲਾਫ਼ ਲਿਖਦਾ ਹੋਵੇ, ਕਦੀ ਵੀ ਨਹੀਂ। ਇਸਲਾਮ ਵਿੱਚ ਦੇਖ ਲਓ, ਕੋਈ ਕੁਰਾਨ ਸ਼ਰੀਫ਼ ਦੇ ਉਲਟ ਬੋਲਦਾ ਹੋਵੇ ਜਾਂ ਆਪਦੀਆਂ ਮਸਜਿਦਾਂ ਬਾਰੇ ਜਾਂ ਆਪਣੇ ਕਾਜ਼ੀਆਂ ਬਾਰੇ ਬੋਲਦਾ ਹੋਵੇ, ਕਦੀ ਵੀ ਨਹੀਂ ਸੁਣੋਗੇ। ਬੋਧੀਆਂ ਜੈਨੀਆਂ ਵਿੱਚ ਕਿਤੇ ਵੀ ਨਹੀਂ ਹੈ।
ਅਸੀਂ ਜਿਹੜੀ ਇੱਕ ਗੈਰਤਮੰਦ ਕੌਮ ਹੈ ਅਤੇ ਸਾਡੇ ਮਤਲਬ ਅਸੀਂ ਇੰਨੀ ਦੁਰਵਰਤੋਂ ਸਾਡੀ ਸੋਸ਼ਲ ਮੀਡੀਆ ਦੀ ਹੋਈ ਹੈ ਕਿ ਅਸੀਂ ਆਪਣੀ ਹਰ ਪਰੰਪਰਾ 'ਤੇ ਹਰ ਮਰਿਆਦਾ 'ਤੇ ਹਰ ਇਤਿਹਾਸਿਕ ਸਰੋਤ 'ਤੇ ਅਤੇ ਹੁਣ ਇੰਨੇ ਮਤਲਬ ਕੁਝ ਲੋਕ ਗਿਰ ਗਏ ਨੇ, ਇੱਕ ਨਿਊਜ਼ੀਲੈਂਡ ਵਿੱਚ ਹੈ, ਇੱਕ ਇੰਗਲੈਂਡ ਵਿੱਚ ਹੈ, ਇੱਕ ਹੋਰ ਆ ਨਿਕੰਮੇ ਜਿਹਾ, ਇਹ ਮਤਲਬ ਇਹਨਾਂ ਨੇ ਗੁਰੂ ਸਾਹਿਬਾਂ ਨੂੰ ਵੀ ਨਹੀਂ ਬਖਸ਼ਿਆ, ਮਤਲਬ ਗੁਰੂ ਰਾਮਦਾਸ ਜੀ ਦੇ ਵੀ ਖਿਲਾਫ਼, ਗੁਰੂ ਗੋਬਿੰਦ ਸਿੰਘ ਜੀ ਦੇ ਦਮਦਮਾ ਸਾਹਿਬ ਦੇ ਵੀ ਖਿਲਾਫ਼, ਅਨੰਦਪੁਰ ਸਾਹਿਬ ਦੇ ਵੀ ਉਲਟ, ਬਾਣੀਆਂ ਦੇ ਵੀ ਉਲਟ, ਖੰਡੇ ਬਾਟੇ ਦੇ ਵੀ, ਮਤਲਬ ਇੰਨੀ ਘਟੀਆ ਪੱਧਰ 'ਤੇ ਲੋਕ ਪਤਾ ਨਹੀਂ ਮਤਲਬ ਕਿੱਥੋਂ ਆਏ ਨੇ, ਕਿਹਨੇ ਖਰੀਦੇ ਨੇ, ਕਿਹੜੇ ਇਹ ਲੋਕ ਨੇ, ਮਤਲਬ ਇੰਨੇ ਮਤਲਬ ਨਿਕੰਮੇ ਔਰ ਇੰਨੇ ਮਤਲਬ ਨੀਚ ਕਿਸਮ ਦੇ ਲੋਕ ਪੈਦਾ ਹੋ ਗਏ ਜਿਨ੍ਹਾਂ ਨੂੰ ਇਹ ਸਮਝ ਹੀ ਨਹੀਂ ਹੈ ਕਿ ਜਥੇਬੰਦਕ ਧਰਮ ਦੀ ਹੋਂਦ ਦੇ ਉੱਤੇ, ਉਹਦੀ ਮਰਿਆਦਾ ਦੇ ਉੱਤੇ, ਉਹਦੀ ਆਭਾ ਦੇ ਉੱਤੇ, ਮਤਲਬ ਇਹ ਸ਼ਬਦ ਮਤਲਬ ਇੰਨੇ ਹਲਕੇ ਲੈਵਲ 'ਤੇ ਵੀ ਜਾਣਗੇ, ਇਹ ਪੁਰਾਤਨ ਸਮੇਂ 'ਚ ਕਿਤੇ ਨਹੀਂ ਸੀ ਹੈਗਾ। ਜੇ ਕਿਸੇ ਨੇ ਕੋਈ ਲਿਖਿਆ ਵੀ, ਇੱਕ ਦੋ ਲਿਖਾਰੀਆਂ ਨੇ ਲਿਖਿਆ, ਉਹ ਮਾਫ਼ੀ ਵੀ ਮੰਗ ਹੈ, ਜਦੋਂ ਛੇਕੇ ਗਏ ਅਕਾਲ ਤਖ਼ਤ 'ਤੇ ਆ ਕੇ ਉਹਨਾਂ ਨੇ ਮਾਫ਼ੀ ਮੰਗੀ ਕਿ ਸਾਨੂੰ ਸਮਾਜ ਨਾਲ ਰਲਾ ਲਵੇ। ਖਾਸ ਕਰਕੇ ਕੁਝ ਲੋਕਾਂ ਨੇ, ਕੋਈ ਭਾਗ ਸਿੰਘ ਅੰਬਾਲੇ ਦਾ ਸੀ, ਉਹਦੀ ਸਮਝ ਹੀ ਉੱਨੀ ਕੁ ਸੀ, ਪਹਿਲਾਂ ਉਹਨੇ ਦਸਮ ਪਾਤਸ਼ਾਹ ਦੀ ਬਾਣੀ ਦੇ ਖਿਲਾਫ਼ ਲਿਖ ਲਿਆ, ਫਿਰ ਉਹ ਮਾਫ਼ੀ ਮੰਗਣ ਵਾਸਤੇ ਵੀ ਆ ਗਿਆ, ਜਦੋਂ ਕਿ ਉਹਦਾ ਲੈਵਲ ਕੁਛ ਵੀ ਨਹੀਂ ਸੀ। ਅੱਜ ਵੀ ਜਦ ਅਸੀਂ ਉਹਦੀਆਂ ਉਹ ਚਾਰ ਲਾਈਨਾਂ ਵਿਹਣੇ ਹਾਂ, ਉਹਨੂੰ ਦੇਸ਼ ਸ਼ਿਵਾ ਬਰ ਮੋਹੇ ਹੈ ਦੀ ਵੀ ਸਮਝ ਨਹੀਂ ਆਈ, ਉਹ ਸ਼ਿਵਾ ਦੇ ਅਰਥ ਕੇਵਲ ਪਾਰਵਤੀ ਕਰਕੇ ਸ਼ਬਦ ਰੱਦ ਕਰ ਰਿਹਾ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਜਿੱਥੇ ਆਉਂਦਾ ਭੱਠ ਖੇੜਿਆਂ ਦਾ ਰਹਿਣਾ, ਅਤੇ ਖੇੜੇ ਦਾ ਮਤਲਬ ਹੁੰਦਾ ਖੁਸ਼ੀ, ਨਗਰ ਖੇੜਾ ਹੈ, ਸਾਡੇ ਪ੍ਰਚਲਿਤ ਸ਼ਬਦ ਨੇ, ਉਹਨੇ ਖੇੜਾ ਸ਼ਬਦ ਹੀਰ ਦੇ ਸਹੁਰੇ ਪਿੰਡ ਨਾਲ ਜੋੜ ਲਿਆ, ਹਾਲਾਂਕਿ ਉੱਥੇ ਕੋਈ ਰੰਗਪੁਰ ਨਹੀਂ, ਕੋਈ ਵੇਰਵਾ ਨਹੀਂ, ਅਤੇ ਕਹਿੰਦਾ ਵੀ ਇਹ ਤਾਂ ਜੀ ਹੀਰਾਂਜੇ ਦੀ ਕਥਾ ਦਾ ਇੱਕ ਹਵਾਲਾ ਹੈ, ਇਸ ਲਈ ਇਹ ਸ਼ਬਦ ਦਸਮ ਪਾਤਸ਼ਾਹ ਦਾ ਨਹੀਂ ਹੋ ਸਕਦਾ। ਇਹੋ ਨਿਕੰਮਾ ਜਿਹਾ ਡਾਇਲਾਗ ਸਾਡੇ ਕੁਝ ਬੇਵਕੂਫਾਂ ਦੇ ਹੱਥ 'ਚ ਆ ਗਿਆ, ਜਿਨ੍ਹਾਂ ਦਾ ਕੋਈ ਲੈਵਲ ਨਹੀਂ ਸੀ ਪੜ੍ਹਨ। ਟੀਕਾਕਾਰੀ ਇੱਕ ਐਡਾ ਵੱਡਾ ਸਬਜੈਕਟ ਹੁੰਦਾ ਕਿ ਜਿਹਦੇ ਵਿੱਚ ਸਮੁੱਚੀ ਸਾਡੀ ਸ਼ਬਦਾਵਲੀ, ਦੂਜੀਆਂ ਭਾਸ਼ਾਵਾਂ ਦਾ ਜਦ ਤੱਕ ਗਿਆਨ ਨਹੀਂ ਹੋਏਗਾ ਨਾ, ਤਦ ਤੱਕ ਪਹਿਲੀ ਗੱਲ ਸ਼ਰਧਾ ਭਾਵਨਾ ਗਿਆਨ, ਅਤੇ ਜਿੰਨੇ ਲੋਕਾਂ ਨੇ ਹੁਣ ਤੱਕ ਲਿਖਿਆ ਕੰਮ ਕੀਤਾ, ਜਦ ਤੱਕ ਇਹਨਾਂ ਸਾਰਿਆਂ ਦੀ ਸਮਝ ਨਹੀਂ ਹੋਏਗੀ, ਤਦ ਤੱਕ ਵਿਆਖਿਆਕਾਰੀ ਸਹੀ ਹੋ ਹੀ ਨਹੀਂ ਸਕਦੀ। ਕਿਉਂਕਿ ਵਿਆਖਿਆਕਾਰੀ ਵਿੱਚ ਇੰਨਾ ਵੱਡਾ ਮਤਲਬ ਕਿ ਧਰਮ ਹੁੰਦਾ ਕਿ ਇੱਕ ਕੌਮ ਜਿਉਂਦੀ ਉਹਦੇ ਸਿਰ 'ਤੇ, ਕੋਈ ਮਤਲਬ ਐਵੇਂ ਕੋਈ ਕਹਿ ਦੇ ਵੀ ਜਾਪ ਸਾਹਿਬ ਨਹੀਂ ਬਾਣੀ, ਜਾਪ ਸਾਹਿਬ ਦੇ ਸਿਰ 'ਤੇ ਕੌਮ ਜਿਉਂਦੀ ਆ, ਕਿਉਂਕਿ ਉਹਨੇ ਸਾਰਿਆਂ ਨੇ ਅੰਮ੍ਰਿਤਪਾਨ ਉਸ ਬਾਣੀ ਨਾਲ ਕੀਤਾ, ਅਤੇ ਆ ਜਿਹੜੇ ਲੋਕ ਵਿਰੋਧ ਕਰਨ ਵਾਲੇ ਅੰਮ੍ਰਿਤ ਇਹਨਾਂ ਨੇ ਵੀ ਪੰਜਾਂ ਬਾਣੀਆਂ ਦਾ ਹੀ ਛਕਿਆ, ਇਹ ਵੱਖਰੀ ਗੱਲ ਵੀ ਕਿਰਤਕਣਾਂ ਦੀ ਭਾਸ਼ਾ ਬੋਲਦੇ ਨੇ। ਮਤਲਬ ਇਹ ਬਾਣੀ ਕੋਈ ਸਹਿਜ ਭਾਵੀ ਵਰਤਾਰਾ ਨਹੀਂ ਹੈ। ਜਿਹੜੇ ਲੋਕ 24 ਸਾਹਿਬ ਦਾ ਪਾਠ ਕਰਕੇ ਆਪਣੇ ਕਾਰਜ ਨੂੰ ਸ਼ੁਰੂ ਕਰਦੇ ਨੇ, ਉਹਨਾਂ ਦੇ ਵਿਸ਼ਵਾਸ, ਉਹਨਾਂ ਦੀ ਸ਼ਰਧਾ, ਹੁਣ ਕੋਈ ਨਿਕੰਮਾ ਕਹੇ ਵੀ ਜੀ ਸ਼ਰਧਾ ਅਤੇ ਅੰਨੀ ਸ਼ਰਧਾ, ਅੰਨੀ ਸ਼ਰਧਾ ਨਹੀਂ ਹੈ। ਇਹ ਬਾਣੀ ਆਪਣੇ ਆਪ ਵਿੱਚ ਇੱਕ ਸ਼ਕਤੀ ਹੈ, ਔਰ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਫਿਲਾਸਫੀ ਆ, ਉਸ ਤੋਂ ਕਿਤੇ ਵੀ ਕੋਈ ਪੰਕਤੀ ਉਲਟ ਨਹੀਂ ਜਾਏਗੀ। ਜੋ ਸਤਿਗੁਰੂ ਕਹਿੰਦੇ ਨਾ, ਮਹਾਂਦੇਵ ਕੋ ਕਹਿਤ ਸਦਾਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ, ਕਹਿੰਦੇ ਉਸ ਵੱਡੇ ਅਕਾਲ ਪੁਰਖ ਨੂੰ ਇਹ ਮਹਾਂਦੇਵ ਸ਼ਿਵ ਜੀ ਮੰਨ ਲਏ ਨੇ, ਪਰ ਨਿਰੰਕਾਰ ਦਾ ਭੇਦ ਨਹੀਂ ਜਾਣਦੇ, ਕਿਉਂਕਿ ਸ਼ਿਵ ਦਾ ਅਰਥ ਤਾਂ ਅਕਾਲ ਪੁਰਖ ਵੀ ਹੈ। ਇਸੇ ਲਈ ਸਤਿਗੁਰੂ ਦੇਹ ਸ਼ਿਵਾ ਸ਼ਬਦ ਵਰਤਦੇ ਨੇ ਵੀ ਹੇ ਕਲਿਆਣਕਾਰੀ ਪ੍ਰਭੂ, ਭਾਵੇਂ ਸ਼ਿਵਾ ਦੇ ਹੋਰ ਵੀ 14-15 ਅਰਥ ਨੇ। ਇਸੇ ਤਰ੍ਹਾਂ ਹੀ ਜਿਹੜਾ ਅਰਦਾਸ ਦੀ ਪਹਿਲੀ ਪੌੜੀ ਨਾਲ ਕੁਝ ਲੋਕਾਂ ਨੂੰ ਨਹੀਂ ਸਮਝ ਆਈ, ਵੱਖਰੀ ਗੱਲ ਆ, ਪਰ ਜੇ ਅਸੀਂ ਪਿਛਲੇ ਸੈਂਕੜੇ ਸਾਲਾਂ ਤੋਂ ਅਨੰਦਪੁਰ ਸਾਹਿਬ ਦੀ ਪੰਥ ਦੀ ਸਾਜਨਾ ਤੋਂ ਲੈ ਕੇ ਇਹ ਅਰਦਾਸ ਕਲਗੀਧਰ ਪਾਤਸ਼ਾਹ ਜੀ ਦੀ ਰਚੀ ਹੋਈ ਪੌੜੀ ਪੜ੍ਹਦੇ ਆ ਰਹੇ ਹਾਂ, ਉਸ ਤੋਂ ਅਗਲੀ ਅਰਦਾਸ ਗੁਰੂ ਪੰਥ ਨੇ ਜਿਹੜਾ ਬਹੁਤ ਚੁਣ ਚੁਣ ਕੇ ਸ਼ਬਦ ਜਿਹੜੇ ਆ, ਜਿਹਦੇ ਵਿੱਚ ਸਾਰਾ ਹੀ ਸਾਡਾ ਇਤਿਹਾਸ ਆ ਜਾਂਦਾ, ਸਾਰੇ ਬੰਦਗੀ ਵਾਲੇ ਆ ਜਾਂਦੇ ਆ, ਸਾਰੇ ਸਿੱਧਕੀ ਸਿੱਖ ਆ ਜਾਂਦੇ ਆ, ਜਿਹਦੇ ਵਿੱਚ ਕੋਈ ਭੂਤਕਾਲ ਵਰਤਮਾਨ ਦੇ ਸ਼ਹੀਦ ਨਹੀਂ, ਜਿੰਨਾ ਸਿੰਘਾਂ ਸਿੰਘਣੀਆਂ ਨੇ, ਇਹ 500 ਸਾਲ ਬਾਅਦ ਵੀ ਅਰਦਾਸ ਹੋਏਗੀ। ਜੇਕਰ ਕੋਈ 2200 ਸੰਨ ਵਿੱਚ ਵੀ ਸ਼ਹੀਦ ਹੋਏਗਾ, ਉਹ ਵੀ ਉਹਦੇ ਵਿੱਚ ਸ਼ਾਮਿਲ ਹੋ ਗਿਆ। ਜਦੋਂ ਵੀ ਜੋ ਵੀ ਪਿਛੋਕੜ ਵਿੱਚ ਸ਼ਹੀਦ ਹੋ ਗਿਆ, ਉਹ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਇਹ ਇੰਨਾ ਵਿਸ਼ਾਲ ਸ਼ਬਦ ਚੁਣਿਆ ਗਿਆ ਵੀ ਇਹਦੇ ਵਿੱਚ ਜਿੰਨੇ ਵੀ, ਕਿਉਂਕਿ ਅਸੀਂ ਇਤਿਹਾਸ ਵਿੱਚ ਬਹੁਤ ਘੱਟ ਯੋਧਿਆਂ ਨੂੰ ਜਾਣਦੇ ਹਾਂ, ਜਿਨ੍ਹਾਂ ਤੋਂ ਅਸੀਂ ਸੁਣ ਲਿਆ ਪੜ੍ਹ ਲਿਆ, ਪਰ ਬੇਅੰਤ ਸ਼ਹੀਦ ਸਿੰਘਾਂ ਸਿੰਘਣੀਆਂ ਉਹ ਨੇ ਜਿਨ੍ਹਾਂ ਦਾ ਅਸੀਂ ਨਾਂ ਨਹੀਂ ਜਾਣਦੇ, ਜਿਨ੍ਹਾਂ ਨੇ ਪੰਥ ਵਾਸਤੇ ਮਹਾਨ ਕੁਰਬਾਨੀਆਂ ਕੀਤੀਆਂ। ਇੱਥੋਂ ਤੱਕ ਕਿ ਅਸੀਂ ਸਰਸਾ ਨਦੀ ਦੇ ਉਸ ਯੁੱਧ ਵਿੱਚ ਵੀ ਜਿਹੜੇ ਸਿੰਘ ਸ਼ਹੀਦ ਹੋਏ, ਅਸੀਂ 5-7 ਤੋਂ ਵੱਧ ਨਾਂ ਨਹੀਂ ਜਾਣਦੇ,
ਅਤੇ ਨਾ ਚਮਕੌਰ ਦੀ ਗੜੀ ਦੇ ਸਾਰੇ ਯੋਧਿਆਂ ਦੇ ਨਾਂ ਅਸੀਂ ਜਾਣਦੇ ਹਾਂ। ਅਸੀਂ ਕੁਝ ਖਾਸ ਖਾਸ ਯੋਧਿਆਂ ਦੇ ਨਾਂ ਤਾਂ ਸਾਨੂੰ ਆਉਂਦੇ ਨੇ, ਪਰ ਇਸ ਤੋਂ ਕਈ ਗੁਣਾ ਉਹ ਨੇ ਜਿਨ੍ਹਾਂ ਨੇ ਇਸ ਪੰਥ ਵਾਸਤੇ ਕੁਰਬਾਨੀਆਂ ਦਿੱਤੀਆਂ, ਪਰ ਸਾਡੇ ਉਹਨਾਂ ਪਿੰਡਾਂ ਸ਼ਹਿਰਾਂ ਦੇ ਲੋਕਾਂ ਦੇ ਨੋਟਸ ਵਿੱਚ ਵੀ ਨਹੀਂ ਹੋਏਗਾ। ਇਸ ਲਈ ਅਸੀਂ ਅਰਦਾਸ ਕਰਨ ਲੱਗੇ, ਉਹਨਾਂ ਸਾਰਿਆਂ ਦੀ ਹੀ ਕਮਾਈ ਦਾ ਧਿਆਨ ਕਰਕੇ ਬੋਲਿਆ ਜਿਨ੍ਹਾਂ ਦੀ ਸਿਦਕ ਕੁਰਬਾਨੀ ਸ਼ਰਧਾ ਭਾਵਨਾ ਦ੍ਰਿੜਤਾ ਦਲੇਰੀ ਦਾ ਸਦਕਾ ਇਹ ਪੰਥ ਇਹ ਪਰਚਮ ਸਾਡੇ ਬੁਲੰਦ ਨੇ। ਇਸ ਲਈ ਸਾਡੇ ਵਡੇਰਿਆਂ ਨੇ ਅਰਦਾਸ ਨੂੰ ਰੂਪ ਹੀ ਇਹੋ ਜਿਹਾ ਦਿੱਤਾ ਕਿ ਅਸੀਂ 5 ਮਿੰਟ ਦੇ ਵਿੱਚ ਆਪਣਾ ਸਮੁੱਚਾ ਇਤਿਹਾਸ ਸਮੁੱਚੀ ਫਿਲਾਸਫੀ ਯੋਧਿਆਂ ਬਹਾਦਰਾਂ ਨੂੰ ਸਾਰਿਆਂ ਨੂੰ ਆਪਣੀਆਂ ਦ੍ਰਿਸ਼ਟੀਗੋਚਰ ਕਰ ਲੈਂਦੇ ਹਾਂ ਕਿ ਇਹਨਾਂ ਦਾ ਸਦਕਾ ਅਸੀਂ ਜਿਉਂਦੇ ਹਾਂ। ਔਰ ਸਤਿਗੁਰਾਂ ਨੇ ਜੇ 24 ਅਵਤਾਰਾਂ ਦੀ ਕਥਾ ਹੈ, 24 ਅਵਤਾਰ ਕੋਈ ਉਹਨਾਂ ਅਵਤਾਰਾਂ ਦੀ ਕਥਾ ਨਹੀਂ, ਭਾਵੇਂ ਉਹ ਰਾਮਾ ਅਵਤਾਰ ਹੈ ਭਾਵੇਂ ਕ੍ਰਿਸ਼ਨਾ ਅਵਤਾਰ ਹੈ। ਸਤਿਗੁਰਾਂ ਨੇ ਇੱਕ ਟਾਈਟਲ ਲਿਆ ਪਰ ਉਹਦੇ 'ਚ ਇੱਕ ਸਮਝਾਉਣ ਦਾ ਢੰਗ ਹੈ ਵੀ ਜੇ ਤੁਹਾਡੇ ਵੱਡੇ ਵਡੇਰੇ ਜ਼ੁਲਮ ਦੇ ਖਿਲਾਫ਼ ਹੱਕ ਵਾਸਤੇ ਇਹਨਾਂ ਨੇ ਯੁੱਧ ਕੀਤਾ ਅਤੇ ਇਹਨਾਂ ਨੂੰ ਮੰਨਣ ਵਾਲਿਓ, ਤੁਸੀਂ ਗੁਲਾਮੀ ਕਿਉਂ ਸਹੇੜ ਕੇ ਬੈਠੇ ਹੋ? ਕਿਉਂਕਿ ਕਦੀ ਵੀ ਕਿਸੇ ਧਰਤੀ 'ਤੇ ਲੋਕਾਂ ਨੂੰ ਜਦ ਸਮਝਾਇਆ ਜਾਂਦਾ ਤਾਂ ਉਹਨਾਂ ਨੂੰ ਆਪਾਂ ਜਿਹੜੀਆਂ ਨਾ ਸਤਿਗੁਰਾਂ ਨੇ ਕਿਹਾ ਬਾਣੀਆਂ ਕਹਾਣੀਆਂ, ਉਹ ਜਿਹੜੀਆਂ ਬਾਬਿਆਂ ਦੀਆਂ ਕਥਾਵਾਂ ਨੇ, ਬਾਬਿਆਂ ਦਾ ਇਤਿਹਾਸ ਸੁਣਾ ਕੇ ਉਹਨਾਂ ਨੂੰ ਬਹਾਦਰ ਯੋਧੇ ਬਣਾਇਆ ਜਾਂਦਾ ਕਿ ਆਪਣੀ ਗੈਰਤ ਨੂੰ ਸਮਝੋ। ਉਹ 24 ਅਵਤਾਰ ਇੱਕ ਉਹ ਫਿਲਾਸਫੀ ਹੈ ਜਿਹਦੇ ਵਿੱਚ ਸਤਿਗੁਰੂ ਨਾਲ ਨਾਲ ਉੱਤਰ ਵੀ ਦੇ ਰਹੇ ਨੇ। ਜਿਹੜਾ ਅਸੀਂ ਰਹਿ ਰਾਸ ਵਿੱਚ ਸ਼ਬਦ ਪੜ੍ਹਦੇ ਹਾਂ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨੀ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਸਤਰ ਬੇਸਵੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਖਾਨੋ। ਇਹ ਰਾਮਾ ਅਵਤਾਰ ਦੇ ਅੰਤ ਵਿੱਚ ਆਉਂਦਾ। ਹੁਣ ਇੱਕ ਪਾਸੇ ਰਾਮਾ ਅਵਤਾਰ ਦੀ ਜੇ ਕੋਈ ਕਹੇ ਕਿ ਕਲਗੀਧਰ ਪਾਤਸ਼ਾਹ ਜੀ ਨੇ 24 ਅਵਤਾਰਾਂ ਵਿੱਚ ਰਾਮਾ ਅਵਤਾਰ ਦੀ ਗੱਲ ਕੀਤੀ ਹੈ, ਪਰ ਸਤਿਗੁਰਾਂ ਨੇ ਨਾਲ ਹੀ ਇਹਦਾ ਉੱਤਰ ਦਿੱਤਾ ਕਿ ਜਦੋਂ ਤੋਂ ਅਕਾਲ ਪੁਰਖ ਅਸੀਂ ਤੁਹਾਡੇ ਚਰਨ ਪਕੜੇ ਨੇ, ਮੈਂ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ, ਭਾਵੇਂ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨੋ। ਉੱਥੇ ਆ ਕੇ ਉਹਨਾਂ 'ਚ ਇਹ ਨਹੀਂ ਵੀ ਉਹਨਾਂ ਨੇ ਕਿਸੇ ਦੇਵੀ ਦੇਵਤੇ ਦੀ ਮਾਨਤਾ ਪ੍ਰਵਾਨ ਕਰ ਲਈ ਆ, ਉਹਨਾਂ ਨੇ ਤਾਂ ਸਮਾਜ ਨੂੰ ਸਮਝਾਇਆ ਕਿ ਤੁਹਾਡੇ ਵਡੇਰਿਆਂ ਦੀ ਕਥਾ। ਔਰ ਕ੍ਰਿਸ਼ਨਾ ਅਵਤਾਰ ਵਿੱਚ ਸਿੰਘ ਪਾਤਰ ਲੜਦੇ ਨੇ, ਦੋਵੇਂ ਪਾਸੇ ਸਿੰਘ ਪਾਤਰ ਲੜਦੇ ਨੇ, ਉਹਨਾਂ ਦੇ ਨਾਂ ਸਿੰਘ ਦੇ ਨਾਂ ਨੇ। ਹੁਣ ਆਮ ਬੰਦਾ ਉਦੋਂ ਤਾਂ ਕੋਈ ਸਿੰਘ ਹੈ ਹੀ ਨਹੀਂ ਸੀ ਜਦੋਂ ਕ੍ਰਿਸ਼ਨ ਜੀ ਦਾ ਸਮਾਂ ਸੀ, ਅਤੇ ਉਦੋਂ ਕੋਈ ਸਰਦਾਰ ਸਿੰਘ 'ਤੇ ਲੜਨ ਵਾਲਾ ਹੈ ਨਹੀਂ ਸੀ, ਪਰ ਸਤਿਗੁਰਾਂ ਨੇ ਉਸ ਟਾਈਟਲ ਦੇ ਵਿੱਚ ਕ੍ਰਿਸ਼ਨਾ ਅਵਤਾਰ ਸਮਝਾਉਂਦਿਆਂ ਇੱਕ ਸੰਘਊ ਪਾਤਰ ਚੁਣੇ ਨੇ, ਅਤੇ ਸੰਘਊ ਪਾਤਰ ਜਿਹੜੇ ਆ ਉਹ ਇੱਕ ਫਿਲਾਸਫੀ ਨੂੰ ਜਨਮ ਦਿੰਦੇ ਆ ਕਿ ਇਹਦੇ ਵਿੱਚ ਇੰਨੇ ਗੰਭੀਰ ਨੁਕਤੇ ਆ ਕਿ ਹਰ ਪੱਧਰ 'ਤੇ ਜਦੋਂ ਜੰਗ ਲੜਿਆ ਜਾਂਦਾ, ਵੱਖ ਵੱਖ ਚਾਲਾਂ ਚੱਲੀਆਂ ਜਾਂਦੀਆਂ, ਫਿਰ ਉਹਨਾਂ ਦੀ ਭਾਸ਼ਾ ਖਾਸ ਕਰਕੇ ਕਲਗੀਧਰ ਪਾਤਸ਼ਾਹ ਦੀ ਜਿਹੜੀ ਸ਼ੈਲੀ ਹੈ ਉਹ ਬੀਰਸੀ ਹੈ। ਸਾਡੇ ਨਿਹੰਗ ਸਿੰਘ ਆਉਂਦੇ ਹੁੰਦੇ ਸਨ, ਤਰਨਾ ਦਲ ਦੇ ਬੜੇ ਵਿਦਵਾਨ ਸਨ, ਨਿਹੰਗਾ ਸਿੰਘਾਂ ਵਿੱਚ ਬੜੇ ਬੜੇ ਅੱਛੇ ਅੱਛੇ ਵਿਦਵਾਨ ਨੇ, ਖਾਸ ਕਰਕੇ ਦਸਮ ਬਾਣੀ ਦੇ ਬਹੁਤ ਵਿਦਵਾਨ ਨੇ। ਉਹ ਕਹਿੰਦੇ ਹੁੰਦੇ ਵੀ ਜਿਸ ਸ਼ੈਲੀ 'ਚ ਤੁਸੀਂ ਲੈ ਦੇ ਵਿੱਚ ਜਪਜੀ ਸਾਹਿਬ ਪੜ੍ਹਦੇ ਹੋ, ਉਸ ਲੈ 'ਚ ਤੁਸੀਂ ਜਾਪ ਸਾਹਿਬ ਨਹੀਂ ਪੜ੍ਹ ਸਕਦੇ, ਕਿਉਂਕਿ ਉਹਨਾਂ ਦੀ ਟ੍ਰੇਨਿੰਗ ਸੀ ਕਿ ਜੇ ਭੁਜੰਗ ਪ੍ਰਜਾ ਛੰਦ ਹੈ ਉਹਦੀ ਚਾਲ ਵੀ ਉਸੇ ਤਰ੍ਹਾਂ ਤੁਰੇ, ਜੇ ਇਹ ਕੱਛਰੀ ਛੰਦ ਆ ਤਾਂ ਉਹਦੀ ਚਾਲ ਇਸ ਤਰ੍ਹਾਂ ਤੁਰੇ, ਮਤਲਬ ਉਹ ਉਹਨਾਂ ਦੀ ਬੋਲਣ ਦੀ ਸ਼ੈਲੀ ਵੀ ਭਿੰਨ ਹੋ ਜਾਂਦੀ ਸੀ, ਔਰ ਉਹਨਾਂ ਦੇ ਚਿਹਰੇ 'ਤੇ ਬੀਰਸ। ਮੈਂ ਕਹਿੰਦਾ ਜਦੋਂ ਰਾਮਾ ਅਵਤਾਰ ਵਿੱਚ ਇੱਕ ਪਾਸੇ ਫੌਜਾਂ ਨੇ ਰਾਮਚੰਦਰ ਦੀਆਂ ਅਤੇ ਇੱਕ ਪਾਸੇ ਨੇ ਰਾਵਣ ਦੀਆਂ, ਅਤੇ ਸਤਿਗੁਰਾਂ ਨੇ ਮਾਹੌਲ ਚਿੱਤਰਿਆ ਕਿ ਕਾਗੜਦੰਗ ਕਾਤੀ ਕਟਾਰੀ ਕੜਾਕੰਗ, ਤਾਗੜਦੰਗ ਤੀਰੰਗ ਤੁਪਕੰਗ ਤੜਾਕੰਗ, ਝਾਗੜਦੰਗ ਬਾਗੜਦੰਗ ਗਾਗੜਦੰਗ ਗਾਜੇ, ਗਾਗੜਦੰਗ ਗਾਜੀ ਗਜੇ ਗਜ ਗਾਜੇ। ਆਮ ਬੰਦਾ ਇਹ ਸਮਝਦਾ ਵੀ ਇਹਨਾਂ ਸ਼ਬਦਾਂ ਦਾ ਕੋਈ ਅਰਥ ਨਹੀਂ, ਦਰਅਸਲ 'ਚ ਹੈ ਕਾਗੜਦੰਗ ਕਾਤੀ ਕਟਾਰ ਜਿਹੜੀ ਉਹਦੀ ਆਵਾਜ਼ ਹੈ, ਕਟਾਰੀ ਕੜਾਕੰਗ ਕਟਾਰ ਜਿਹੜੀ ਕੜਾਕ ਕਰਕੇ ਚੱਲੀ, ਕਾਗੜਦੰਗ ਕਾਤੀ ਕਟਾਰੀ ਕੜਾਕੰਗ, ਤਾਗੜਦੰਗ ਤੀਰੰਗ ਤੁਪਕੰਗ ਤੜਾਕੰਗ, ਤੀਰ ਜਿਹੜੇ ਤਗੜ ਤਗੜ ਕਰਕੇ ਚੱਲਦੇ ਨੇ ਅਤੇ ਤੋਪਾਂ ਤੜਾਕ ਤੜਾਕ ਕਰਕੇ ਚੱਲਦੀਆਂ ਨੇ। ਅੱਗੇ ਸਤਿਗੁਰਾਂ ਨੇ ਜੰਗ ਦਾ ਸੀਨ ਚਿੱਤਰਿਆ, ਝਾਗੜਦੰਗ ਬਾਗੜਦੰਗ ਗਾਗੜਦੰਗ ਗਾਜੇ, ਗਾਗੜਦੰਗ ਗਾਜੀ ਗਜੇ ਗਜ ਗਾਜੇ, ਵੀ ਗਾਜੀ ਲੋਕ ਇਸ ਤਰ੍ਹਾਂ ਦੀਆਂ ਧੁਨਾਂ ਦੇ ਨਾਲ ਇਸ ਤਰ੍ਹਾਂ ਦੀਆਂ ਧਮਕਾਂ ਦੇ ਨਾਲ ਗੱਜਦੇ ਆਉਂਦੇ ਆ। ਇਹ ਹੁਣ ਯੁੱਧ ਦਾ ਸੀਨ ਆ, ਹੁਣ ਇਹਨੂੰ ਭਾਵੇਂ ਕੋਈ ਰਾਗੀ ਵੀ ਗਾਵੇ ਨਾ,
ਜੇ ਉਹ ਵੀਰ ਰਸ ਵਿੱਚ ਸ਼ਬਦਾਂ ਦੀ ਬਣਤਰ ਹੋਏਗੀ। ਅਸੀਂ ਨਾ ਇੱਕ ਸ਼ਬਦ ਇੱਕ ਫਿਲਮ ਵਿੱਚ ਗਵਾਇਆ, ਮੱਸੇ ਰੰਗੜ ਦੇ ਕਨਸੈਪਟ 'ਤੇ ਫਿਲਮ ਸੀ, ਅਤੇ ਉਹ ਅਸੀਂ ਉਹ ਸਟੂਡੀਓ ਵਾਲੇ ਕਹਿੰਦੇ ਅਸੀਂ ਗਵਾ ਲਾਂਗੇ। ਮੈਂ ਕਿਹਾ ਨਹੀਂ, ਇਹ ਸ਼ਬਦ ਦਸਮ ਪਾਤਸ਼ਾਹ ਦਾ ਹੈ, ਖੰਡ ਬੇਹੰਡੰਗ ਖਲਦਲ ਖੰਡੰਗ ਅਤਰਣ ਮੰਡੰਗ ਵਰਪੰਡੰਗ ਭੁਜ ਦੰਡ ਖੰਡੰਗ ਤੇਜ ਪ੍ਰਚੰਡੰਗ ਜੋਤ ਮੰਡੰਗ ਭਾਨ ਪਰਮ ਸੁਖ ਸੰਤਾਂ ਕਰਨੰਗ ਦੁਰਮਤ ਦਰਣੰਗ ਕਿਲਵਕ ਹਰਣੰਗ ਅਸਰਣੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਅਵਾਰਨ ਮਮ ਪ੍ਰਿਤ ਪਾਰਨ ਜੈ ਤੇਗੰ। ਉੱਥੇ ਇੱਕ ਤੇਗ ਦਾ ਯੁੱਧ ਆਉਂਦਾ, ਇਹ ਇੱਕ ਤੇਗ ਦੀ ਸ਼ਕਤੀ ਦਾ ਵਰਣਨ ਹੈ। ਉਹ ਸਟੂਡੀਓ ਵਾਲਿਆਂ ਨੇ ਪੰਜ ਛੇ ਗਾਉਣ ਵਾਲੇ ਲੈਣ ਦੇ ਅੱਗੇ ਸ਼ਬਦ ਰੱਖ ਲਿਆ, ਉਹਨਾਂ ਦੇ ਮੂੰਹ 'ਚੋਂ ਸ਼ਬਦ ਬਣੇ ਹੀ ਨਾ, ਕਿਉਂਕਿ ਉਹ ਸ਼ਬਦ ਪਹਿਲੀ ਗੱਲ ਤਾਂ ਉਹਨਾਂ ਨੂੰ ਉਚਾਰਨ ਸਿਖਾਇਆ, ਉਹਨਾਂ ਦੀਆਂ ਆਵਾਜ਼ਾਂ ਵੀ ਚੰਗੀਆਂ ਭੱਲੀਆਂ, ਉਹਨਾਂ ਮਿਊਜ਼ਿਕ ਵਾਲੇ ਵੀ ਲੈ ਆਉਂਦੇ। ਉਹ ਕਿਉਂਕਿ ਐਨੀਮੇਸ਼ਨ ਫਿਲਮ ਸੀ, ਮੱਸੇ ਰੰਗੜ ਦੇ ਕਨਸੈਪਟ 'ਤੇ ਲਿਖੀ ਮੈਂ ਸੀ, ਅਤੇ ਮੈਂ ਉਸ ਸ਼ਬਦ ਨੂੰ ਮੈਂ ਕਿਹਾ ਵੀ ਚੱਜ ਨਾਲ ਗਾਇਓ। ਮੈਂ ਖੁਦ ਵੀ ਸਟੂਡੀਓ 'ਚ 6 ਘੰਟੇ ਲੱਗੇ ਰਹਿ, ਦੂਜਾ ਗਾਉਣ ਵਾਲਾ ਸੱਦ ਲਿਆਉਣ ਉਹਨੂੰ ਨਾ ਗਾਉਣਾ ਹੋਵੇ, ਤੀਜਾ ਸੱਦ, ਮੈਂ ਉਹਨਾਂ ਨੂੰ 4-5 ਘੰਟੇ ਬਾਅਦ ਕਿਹਾ ਮੈਂ ਤੁਹਾਡੇ ਵੱਸ ਦਾ ਰੋਗ ਨਹੀਂ ਹੈ, ਇਹ ਸ਼ਬਦ ਉਹ ਗਾਊਗਾ ਜਿਹਨੂੰ ਤਾਂ ਜ਼ੁਬਾਨੀ ਯਾਦ ਹੈ, ਵੇਖ ਕੇ ਤਾਂ ਸ਼ਬਦ ਬਿਲਕੁਲ ਨਹੀਂ ਗਾਇਆ ਜਾ ਸਕਦਾ, ਦੇਖ ਕੇ ਸ਼ਬਦ ਕੋਈ ਰਾਗੀ ਵੀ ਨਹੀਂ ਗਾ ਸਕਦਾ, ਇਹਦੇ 'ਚ ਰਸ ਹੀ ਨਹੀਂ ਆਉਣਾ। ਅਤੇ ਦਸਮ ਬਾਣੀ ਗਾਉਣ ਵਾਲੇ ਸਾਡੇ ਕੋਲ ਰਾਗੀ ਸਿੰਘ ਭਾਈ ਬਲਵੀਰ ਸਿੰਘ ਸਨ, ਬਜ਼ੁਰਗ ਨੇ ਹੁਣ, ਤਾਂ ਇਹ ਗੱਲ ਵੀ 4-5 ਸਾਲ ਪੁਰਾਣੀ, ਸ਼ਾਇਦ 6 ਸਾਲ ਹੋ ਗਏ। ਅਸੀਂ ਫਿਰ ਉਹਦੇ ਘਰ ਗਏ, ਅਸੀਂ ਕਿਹਾ ਵੀ ਇੱਕ ਸ਼ਬਦ ਤੁਹਾਡੇ ਕੋਲੋਂ ਗਾਉਣਾ, ਅਤੇ ਗਾਉਣਾ ਵੀ 1 ਮਿੰਟ ਅਤੇ ਸ਼ਾਇਦ 15 ਸੈਕਿੰਡ ਸਾਡੇ ਕੋਲ ਪੀਰੀਅਡ ਆ, ਉਹਦੇ ਵਿੱਚ ਸਿਰਫ 70 ਸੈਕਿੰਡ ਦੇ ਵਿੱਚ ਗਾਉਣਾ। ਤਾਂ ਉਹ ਕਹਿੰਦੇ ਠੀਕ ਆ, ਚਲੋ ਉਹਨਾਂ ਨੂੰ ਕਿਉਂਕਿ ਜ਼ੁਬਾਨੀ ਕੰਠ ਹੈ। ਜਦ ਉਹਨਾਂ ਨੇ ਗਾਇਆ, ਫਿਰ ਸਾਰੇ ਸਟੂਡੀਓ ਵਾਲੇ ਬਾਬਾ ਜੀ ਦੇ ਪੈਰੀਂ ਹੱਥ ਲਾਉਣ, ਮਤਲਬ ਹਰ ਚੀਜ਼ ਹਰ ਬੰਦੇ ਦੇ ਨਾ ਬੋਲੀ ਜਾ ਸਕਦੀ ਆ, ਨਾ ਸਮਝ ਆ ਸਕਦੀ ਆ, ਨਾ ਗਾਈ ਜਾ ਸਕਦੀ ਆ, ਕਿਉਂਕਿ ਸ਼ਬਦਾਂ ਦੀ ਧੁਨ ਬੀਰਸੀ ਹੈ। ਅਤੇ ਬੀਰਸੀ ਜੇ ਬੰਦਾ ਵਾਜੇ 'ਤੇ ਵਰਕਾ ਰੱਖ ਕੇ ਪੜ੍ਹੇਗਾ, ਤਾਂ ਉਹਦੇ ਫੇਸ ਦੇ ਵਿੱਚੋਂ ਇੰਪ੍ਰੈਸ਼ਨ ਹੀ ਨਹੀਂ ਉਹ ਆਉਂਦਾ, ਉਹ ਧੁਨ ਉਹਦੇ ਲਿਪਸ ਮੂਵਮੈਂਟ 'ਚੋਂ ਬੋਲਦੀ ਹੀ ਨਹੀਂ। ਉਹ ਬੋਲੇਗੀ ਤਦ ਪਹਿਲਾਂ ਤਾਂ ਉਹਨੂੰ ਜ਼ੁਬਾਨੀ ਕੰਠ ਹੋਵੇ, ਫਿਰ ਉਹਨੂੰ ਮਾਹੌਲ ਦਾ ਪਤਾ ਹੋਵੇ, ਫਿਰ ਸ਼ਬਦਾਂ ਵਿੱਚ ਉਹ ਵੀਰਤਾ ਭਰਨੀ ਆਉਂਦੀ ਹੋਵੇ। ਅਤੇ ਮੈਂ ਕਈ ਥਾਈਂ ਗੱਲ ਸੁਣਾਈ ਵੀ ਇਹ ਜਿਹੜਾ ਭਾਵੇਂ ਸਾਰੀ ਦੁਨੀਆ 'ਚ ਬਹੁਤ ਸਾਰੇ ਗਾਇਕ ਨੇ, ਪਰ ਜੇ ਕਿਤੇ ਇਹੋ ਜਿਹੇ ਬੀਰਸੀ ਸ਼ਬਦ ਗਾਉਣੇ ਪੈ ਜਾਣ, ਇਹ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ, ਅਤੇ ਇਹੋ ਜਿਹੇ ਰਹੱਸ ਹਰ ਬੰਦੇ ਦੀ ਸਮਝ ਵਿੱਚ ਵੀ ਨਹੀਂ ਆਉਂਦੇ। ਇਸੇ ਲਈ ਲੋਕਾਂ ਦੀ ਪਕੜ 'ਚੋਂ ਇਹ ਜਿਹੜੀ ਬਾਣੀ, ਕਿਉਂਕਿ ਇੱਕ ਤਾਂ ਗਾਈ ਘੱਟ ਗਈ, ਵੈਸੇ ਬਹੁਤ ਸਾਰੇ ਅੱਛੇ ਅੱਛੇ ਸਾਡੇ ਰਾਗੀਆਂ ਗਾਈ ਹੈ, ਪਰ ਫਿਰ ਵੀ ਸਾਡੇ ਆਮ ਸਟੇਜਾਂ 'ਤੇ ਮਿੱਤਰ ਪਿਆਰੇ ਨੂੰ ਸ਼ਬਦ ਗਾਇਆ ਜਾਂਦਾ, ਦੇਸ਼ ਸੇਵਾ ਗਾਇਆ ਜਾਂਦਾ, ਜਾਂ ਸੁਣ ਕੇ ਸੱਦ ਮਾਹੀ ਦੀ ਮਹੀ ਪਾਣੀ ਘਾਓ ਮੁੱਤੋ ਨੇ, ਇਹ ਵੀ ਗਾਇਆ ਜਾਂਦਾ, ਲੱਖੀ ਦਾ ਜੰਗਲ ਖਾਲਸਾ ਏ ਦਿਦਾਰ ਦਿੱਤੋ ਨੇ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਕੁਝ ਸ਼ਬਦ ਸਾਡੇ ਪ੍ਰਚਲਿਤ ਹਨ, ਪਰ ਬਹੁਤ ਸਾਰੇ ਸ਼ਬਦ ਉਹ ਨੇ ਜਿਹੜੇ ਅਜੇ ਗਾਏ ਜਾਣੇ ਨੇ, ਅਜੇ ਉਹਨਾਂ ਦੀ ਵਿਆਖਿਆਕਾਰੀ ਹੋਣੀ ਆ, ਭਾਵੇਂ ਵਿਆਖਿਆਕਾਰ ਸਾਡੇ 4-5 ਵਿਆਖਿਆਕਾਰਾਂ ਨੇ ਦਸਮ ਬਾਣੀ ਦਾ ਟੀਕਾ ਕੀਤਾ, ਗਿਆਨੀ ਮਜੰਗਾਂ ਵਾਲੇ ਨੇ, ਉਹਨਾਂ ਨੇ ਉਹਨਾਂ ਨੂੰ ਪੰਡਿਤ ਜੀ ਕਹਿੰਦੇ ਸਨ, ਵੈਸੇ ਉਹ ਪੰਡਿਤ ਨਹੀਂ, ਉਹ ਵਿਦਵਤਾ ਕਰਕੇ ਖਿਤਾਬ ਦੇ ਤੌਰ 'ਤੇ ਪੰਡਿਤ ਨਾਰਾਇਣ ਸਿੰਘ ਜੀ ਮਜੰਗਾਂ ਵਾਲੇ, ਉਹਨਾਂ ਨੇ 8 ਭਾਗਾਂ 'ਚ ਟੀਕਾ ਕੀਤਾ। ਇੱਕ ਸਾਡੇ ਖਾਲਸਾ ਕਾਲਜ 1909 ਵਿੱਚ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਰਹੇ ਸਨ ਗਿਆਨੀ ਬਿਸ਼ਨ ਸਿੰਘ ਜੀ, ਉਹਨਾਂ ਨੇ 6 ਭਾਗਾਂ 'ਚ ਟੀਕਾ ਕੀਤਾ। ਇਸੇ ਤਰ੍ਹਾਂ ਹਿੰਦੀ ਵਿੱਚ ਡਾਕਟਰ ਜੋਤ ਸਿੰਘ ਹੋਰਾਂ ਕੀਤਾ, ਡਾਕਟਰ ਹਰਭਜਨ ਸਿੰਘ ਹੋਣਾ ਬੜਾ ਵਧੀਆ ਵਿਚਿੱਤਰ ਨਾਟਕ 'ਤੇ ਕਾਰਜ ਕੀਤਾ, ਹੋਰ ਵੀ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਬਾਣੀ ਦੇ ਉੱਤੇ ਬਹੁਤ ਨਿੱਠ ਕੇ ਕਾਰਜ ਕੀਤਾ, ਪਰ ਅਜੇ ਬਹੁਤ ਕਾਰਜ ਹੋਣ ਵਾਲਾ ਵੀ ਆ। PhD ਮੇਰੇ ਖਿਆਲ ਡਾਕਟਰੇਟ 3 ਵਿਦਿਆਰਥੀ ਕਰ ਗਏ ਨੇ ਦਸਮ ਬਾਣੀ ਦੇ ਉੱਤੇ ਗੁਰੂ ਨਾਨਕ ਯੂਨੀਵਰਸਿਟੀ ਤੋਂ। ਤਾਂ ਉਹਨਾਂ ਨੇ ਉਹਨਾਂ ਦੀ ਜਿਹੜੀ ਕਾਵਿ ਸ਼ੈਲੀ 'ਤੇ ਕੀਤਾ ਵੀ ਕਾਵਿ ਬੰਦ ਕਿਸ ਤਰ੍ਹਾਂ ਦੇ ਨੇ, ਇਹ ਛੰਦ ਕਿਵੇਂ ਚਾਲ ਹੈ ਇਹਨਾਂ ਦੀ। ਬਹੁਤ ਸਾਰੀਆਂ ਧੁਨਾਂ ਸਾਡੇ ਕੋਲੋਂ ਵਿਸਰ ਗਈਆਂ ਨੇ, ਕਿਉਂਕਿ ਉਹ ਧੁਨਾਂ ਕਿਸੇ ਸਮੇਂ ਪ੍ਰਚਲਿਤ ਹੁੰਦੀਆਂ, ਪਰ ਫਿਰ ਵੀ ਜਿਹਨੂੰ ਬੀਰਸ ਦੀ ਸਮਝ ਹੈ, ਸ਼ੈਲੀ ਦੀ ਪਕੜ ਹੈ, ਇਹ ਬਾਣੀ ਆਪਣੇ ਆਪ ਵਿੱਚ ਮਹਾਨ ਹੈ। ਔਰ ਇੱਕ ਰਚਨਾ 'ਤੇ ਆ ਕੇ ਖਾਸ ਕਰਕੇ ਸਾਡੇ ਲੇਖਕਾਂ ਦੀ ਮੁਸ਼ਕਲ ਆਉਂਦੀ ਜਿਹੜੀ ਹੈਗੀ ਚਰਿੱਤਰੋਪਾਖਿਆਨ, ਇਹ ਹੈਗੀਆਂ ਕਥਾਵਾਂ। ਕਥਾਵਾਂ ਹੁੰਦਾ ਕਹਾਣੀ, ਕਹਾਣੀ ਦਾ ਇੱਕ ਸਿੱਟਾ ਹੁੰਦਾ, ਇਹ ਮਰਦਾਂ ਦੇ ਚਰਿੱਤਰ ਵੀ ਨੇ, ਔਰਤਾਂ ਦੇ ਵੀ ਨੇ। ਇਹ ਸਾਡੇ ਜਿੰਨੇ ਵੀ ਨੀਤੀ ਕਥਾਵਾਂ ਲਿਖੀਆਂ ਗਈਆਂ ਹਿੰਦੁਸਤਾਨ ਵਿੱਚ, ਚਾਹੇ ਉਹ ਪੰਚਤੰਤਰ ਦੀਆਂ ਕਹਾਣੀਆਂ ਨੇ, ਉਹ ਪੰਛੀਆਂ ਦੇ ਨਾਲ ਜਾਨਵਰਾਂ ਦੀਆਂ ਕਥਾਵਾਂ ਵੀ ਸਿਖਾਈਆਂ, ਜਾਨਵਰਾਂ ਦੀਆਂ ਕਹਾਣੀਆਂ ਨਾਲ ਸਿੱਖਿਆ ਸਮਝਾਈ ਗਈ ਹੈ ਪੰਚਤੰਤਰ ਦੀ, ਇਹ 5000 ਸਾਲ ਪੁਰਾਣੀ ਰਚਨਾ। ਇਸੇ ਤਰ੍ਹਾਂ ਨੀਤੀ ਸ਼ਾਸਤਰ ਨੇ ਬਹੁਤ ਸਾਰੇ, ਨੀਤੀ ਪ੍ਰਕਾਸ਼ ਨੇ, ਅਤੇ ਸਤਿਗੁਰਾਂ ਨੇ ਇਸ ਕਥਾਵਾਂ ਦੇ ਰਾਹੀਂ ਵੱਖ ਵੱਖ ਇਨਸਾਨਾਂ ਦੇ ਚਰਿੱਤਰਾਂ ਨੂੰ ਅੱਗੇ ਉਭਾਰਿਆ। ਹੁਣ ਜਿਹੜੀ ਕਹਾਣੀ ਹੁੰਦੀ ਆ, ਇਹਦਾ ਸਿੱਟਾ ਅਸਲ ਵਿੱਚ ਕੀ ਆ, ਸਾਨੂੰ ਸਿੱਖਿਆ ਕੀ ਮਿਲਦੀ ਆ? ਉਸ ਤਰ੍ਹਾਂ ਤਾਂ ਅਸੀਂ ਬਚਪਨ 'ਚ ਥਸਟੀ ਕਰੋ ਦੀ
ਪੰਜਵੀਂ ਛੇਵੀਂ ਸੱਤਵੀਂ 'ਚ ਪੜ੍ਹਾ ਦਿੰਦੇ ਹਾਂ ਵੀ ਕਾਂ ਨੂੰ ਪਿਆਸ ਲੱਗੀ, ਉਹਨੇ ਪਾਣੀ ਦੇ ਘੜੇ 'ਚ ਰੋੜੇ ਪਾ ਲਏ, ਪਾਣੀ ਤਾਂ ਆ ਗਿਆ, ਕਾਂ ਨੇ ਪੀ ਲਿਆ, ਫਿਰ ਉਹਦਾ ਸਿੱਟਾ ਕੱਟਿਆ, ਵੇਅਰ ਦੇਅਰ ਇਜ਼ ਏ ਵਿਲ, ਦੇਅਰ ਇਜ਼ ਏ ਵੇ, ਜਿੱਥੇ ਚਾਹ ਉੱਥੇ ਰਾਹ, ਜਿੱਥੇ ਖਾਹਿਸ਼ ਹੋਵੇ ਉੱਥੇ ਰਾਹ ਵੀ ਲੱਭ ਜਾਂਦਾ। ਹੁਣ ਜੇ ਕੋਈ ਕਮਲਾ ਸਿਰ ਡਾਉਣ ਵਾਲਾ ਹੋਵੇ ਵੀ ਘੜਾ ਕਿੰਨੇ ਲੀਟਰ ਦਾ ਸੀਗਾ, 5 ਲੀਟਰ ਦਾ ਸੀ ਕਿ 10 ਲੀਟਰ ਦਾ ਸੀ, ਉਹ ਕੱਚੀ ਮਿੱਟੀ ਦਾ ਸੀ ਕਿ ਲਾਲ ਮਿੱਟੀ ਦਾ ਸੀ, ਉਹ ਕਿਹੜੇ ਘੁਮਿਆਰ ਨੇ ਬਣਾਇਆ ਸੀ, ਉਹ ਘੜਾ ਆ ਕਿੱਥੋਂ ਗਿਆ, ਰੋੜੇ ਕੱਚੇ ਸੀ ਕਿ ਪੱਕੇ ਸੀ, ਕਾਂਕਰ 100-100 ਗ੍ਰਾਮ ਦੇ ਸੀ ਕਿ ਭਾਵੇਂ 100 ਸਵਾਲ ਕਰੀ ਜਾਓ। ਅਸਲ ਵਿੱਚ ਇਹ ਸਾਡੇ ਉਹ ਹੀ ਕਮਲ ਜਿਹੜਾ ਸਾਡੇ ਕੁਝ ਲੋਕ ਕੁੱਟਣਾ ਸ਼ੁਰੂ ਕਰ ਦਿੰਦੇ ਆ ਵੀ ਹਰ ਗੱਲ ਇਹ ਨਹੀਂ ਹੁੰਦੀ ਕਦੀ ਵੀ, ਕਹਾਣੀ ਇੱਕ ਆਪਣਾ ਪਲਾਟ ਚਿੱਤਰਦੀ ਆ। ਅਤੇ ਜੇ ਤੁਸੀਂ ਇਹ ਰੇਟ ਪੁੱਛਣ ਲੱਗ ਪਓ ਤਾਂ ਹੁਣ ਜੇ ਇੰਨੇ ਰੋੜੇ ਪਾਓ, ਇੱਕ ਵਰਤਮਾਨ ਕਹਾਣੀ ਵੀ ਆਈ ਵੀ ਕਾਂ ਨੇ ਰੋੜੇ ਚੁਣ ਚੁਣ ਕੇ ਘੜੇ 'ਚ ਪਾਏ ਅਤੇ ਪਾਣੀ ਸਾਰਾ ਰੋੜੇ ਪੀ ਗਏ ਅਤੇ ਪੀਣ ਵਾਸਤੇ ਪਾਣੀ ਬਚਿਆ ਹੀ ਨਹੀਂ, ਕਿਉਂਕਿ ਗਰਮੀ ਦੀ ਰੁੱਤ ਵਿੱਚ ਜਦੋਂ ਤੁਸੀਂ ਸੁੱਕੇ ਕੰਕਰ ਚੱਕ ਕੇ ਪਾਓਗੇ ਪਾਣੀ ਤਾਂ ਪੀਣਗੇ, ਅਤੇ ਜਦ ਤੱਕ ਪਾਈ ਜਾਓਗੇ ਉਹਨਾਂ ਨੇ ਪਾਣੀ ਪੀ ਜਾਣਾ। ਅਤੇ ਇਹ ਕਹਾਣੀ ਦਾ ਦੂਜਾ ਰੂਪ ਵੀ ਹੈਗਾ ਵੀ ਉਹ ਸਾਰਾ ਪਾਣੀ ਜਿਹੜੇ ਉਹ ਰੋੜੇ ਪੀ ਗਏ ਅਤੇ ਕਾਂ ਜਿਹੜਾ ਉਹ ਅਸਲ ਵਿੱਚ ਉਹ ਕਹਾਣੀ ਉਹਨੇ ਐਂ ਲਿਖੀ ਵੀ ਕਿਸੇ ਕਾਂ ਨੇ ਪੜ੍ਹਿਆ ਸੀ ਵੀ ਸਾਡੇ ਦਾਦੇ ਪੜਦਾਦਿਆਂ ਨੇ ਘੜੇ 'ਚ ਰੋੜੇ ਪਾ ਕੇ ਪਾਣੀ ਪੀਤਾ ਸੀ, ਅਤੇ ਉਹਦੇ ਵੀ ਕਹਾਣੀ ਵੀ ਲੁਕਮਾਨ ਦੀ ਹੈ, ਲੁਕਮਾਨ ਦੀ ਕਹਾਣੀ ਆ। ਹੁਣ ਉਹ ਅਗਲੀ ਪੀੜ੍ਹੀ 'ਚ ਕਿਤੇ 6ਵੀਂ ਪੀੜ੍ਹੀ 'ਚ ਫਿਰ ਪਿਆਸ ਲੱਗੀ, ਫਿਰ ਘੜਾ ਪਿਆ, ਫਿਰ ਉਹ ਰੋੜੇ ਪਾਈ ਗਿਆ, ਰੋੜੇ ਪਾਈ ਗਿਆ, ਜਦੋਂ ਉਹਨੇ ਮੂੰਹ ਠਾਂ ਕੀਤਾ ਅਤੇ ਉਹ ਸਾਰਾ ਪਾਣੀ ਰੋੜਿਆਂ ਨੇ ਪੀ ਲਿਆ, ਅਤੇ ਉਹ ਜਿਹੜਾ ਕਾਂ ਸੀਗਾ ਉਹ ਕਹਿੰਦਾ ਫਿੱਟੇ ਮੂੰਹ ਲੁਕਮਾਨ ਦੇ, ਵੀ ਇਹ ਵੀ ਕੋਈ ਕਹਾਣੀ ਆ। ਮਤਲਬ ਕੋਈ ਵੀ ਕਹਾਣੀ ਨੂੰ ਤੁਸੀਂ ਇੰਝ ਕਰ ਲਓ ਜਾਂ ਇੰਝ ਕਰ ਲਓ, ਜੇ ਤਾਂ ਮਤਲਬ ਬੰਦੇ ਨੇ ਸਿਰ ਹੀ ਡਾਉਣਾ ਅਤੇ ਫਿਰ ਤਾਂ ਮੰਨੇ ਕੋਈ ਨਾ ਮੰਨੇ, ਮਤਲਬ ਭਾਵੇਂ ਉਹ ਜਿਹਨੇ ਮਤਲਬ ਘਰੋਂ ਮਿੱਥ ਕੇ ਹੀ ਆ ਗਿਆ ਵੀ ਮੈਂ ਗੱਲ ਸੁਣਨੀ ਨਹੀਂ, ਮੈਂ ਗੱਲ ਮੰਨਣੀ ਨਹੀਂ, ਮੈਂ ਦਿਮਾਗ 'ਚ ਪਾਉਣੀ ਨਹੀਂ, ਤਾਂ ਉਹਨੂੰ ਆਪਾਂ ਸੁਣਾ ਵੀ ਨਹੀਂ ਸਕਦੇ। ਮਤਲਬ ਉਹ ਤਾਂ ਕਹੀ ਜਾਵੇ ਵੀ ਰੱਬ ਤਾਂ ਹੈ ਨਹੀਂ ਅਤੇ ਮੈਂ ਕਿਉਂ ਬਾਣੀ ਪੜ੍ਹਾਂ, ਇਹੋ ਜਿਹੇ ਕਮਲੇ ਟੱਕਰ ਜਾਣਗੇ। ਇਹ ਕੋਈ ਬਹੁਤ ਵੱਡੀਆਂ ਗੱਲਾਂ ਨਹੀਂ ਹੁੰਦੀਆਂ, ਕਹਾਣੀ ਇੱਕ ਫਿਲਾਸਫੀ ਹੈ। ਮੈਂ ਕੱਲ੍ਹ ਤਾਂ ਗੱਲ ਕੀਤੀ ਸੀ ਵੀ ਕਣਕ ਦੇ ਬੂਟੇ ਵਿੱਚ ਪਸ਼ੂ ਦੀ ਖੁਰਾਕ ਵੀ ਹੈ, ਜ਼ਿਮੀਂਦਾਰ ਦੀ ਖੁਰਾਕ ਵੀ ਹੈ, ਮਨੁੱਖ ਦੀ ਖੁਰਾਕ ਵੀ ਹੈ। ਜੇ ਹੁਣ ਕੋਈ ਬੰਦਾ ਉੱਠ ਕੇ ਕਵੇ ਵੀ ਮੈਂ ਜਿਹੜਾ ਉਤਲਾ ਸਿੱਟਾ ਨਹੀਂ ਖਾਣਾ, ਮੈਂ ਥੱਲੇ ਵਾਲਾ ਕਣਕ ਦੇ ਬੂਟੇ ਦਾ ਧੜ ਖਾਣਾ, ਬੰਦਾ ਮਰ ਜਾਏਗਾ, ਕਿਉਂਕਿ ਉਹ ਪਸ਼ੂ ਦੀ ਖੁਰਾਕ ਆ, ਉਹ ਤਾਂ ਤੂੜੀ ਬਣਨੀ ਆ। ਅਤੇ ਜੇ ਕਣਕ ਜਿਹੜੀ ਆ ਬਲਦਾਂ ਨੂੰ ਪਾ ਦਾਂਗੇ, ਡੰਗਰਾਂ ਨੂੰ ਪਾ ਦਾਂਗੇ, ਅਤੇ ਕਣਕ ਖਾ ਕੇ ਜੀਵ ਜੰਤੂ ਜੇ ਪਾਣੀ ਪੀ ਲੈਣ ਤਾਂ ਆਫਰ ਕੇ ਮਰ ਜਾਂਦੇ ਨੇ। ਮਤਲਬ ਇਹ ਇੱਕ ਬੂਟੇ ਦੇ ਵਿੱਚ ਦੋਵਾਂ ਦਾ ਜੀਵਨ ਵੀ ਹੈ, ਦੋਵਾਂ ਦੀ ਮੌਤ ਵੀ ਹੈ, ਪਰ ਇਹ ਕਹਾਣੀ ਇੱਕ ਪਲਾਟ ਚਿੱਤਰਦੀ ਹੈ। ਇਸ ਲਈ ਸਤਿਗੁਰਾਂ ਨੇ ਜਿਹੜੀਆਂ ਸਮਾਜ ਵਿੱਚ ਪ੍ਰਚਲਿਤ ਕਥਾਵਾਂ ਸਨ ਕਿ ਉਸ ਫਿਲਾਸਫੀ ਨੂੰ ਇੱਕ ਢੰਗ ਨਾਲ ਪੇਸ਼ ਕੀਤਾ ਕਿ ਜਿਹੜਾ ਬੇਰਾ ਭਾਵੇਂ ਉਹਦੇ ਵਿੱਚ ਗਿਆਨ ਪ੍ਰਬੋਧ ਬਾਣੀ ਵੀ ਹੈ, ਸ਼ਸਤਰ ਨਾਮ ਮਾਲਾ ਵੀ ਹੈ ਕਿ ਜਿੱਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ, ਜਿੱਤੇ ਅਸਤਰ ਭੇਅੰਗ ਨਮਸਕਾਰ ਤੇਅੰਗ। ਹੁਣ ਅਸਤਰ ਹੁੰਦਾ ਜਿਹੜਾ ਅਸਤ ਨਾਲ ਹੱਥ ਨਾਲ ਚਲਾਈਦਾ, ਤਾਂ ਉਹ ਜਿਹੜਾ ਚਲਾ ਕੇ ਕਿਸੇ ਨੂੰ ਰੋੜਾ ਮਾਰੋ, ਤੀਰ ਮਾਰੋ, ਉਹਨੂੰ ਅਸਤਰ ਕਹਿੰਦੇ ਨੇ, ਜਿਹੜਾ ਪਕੜ ਕੇ ਆਪਾਂ ਤੇਗ ਵਾਹੁੰਦੇ ਹਾਂ ਉਹ ਸ਼ਸਤਰ ਹੁੰਦਾ। ਹੁਣ ਇਹਦੇ ਵਿੱਚ ਬਹੁਤ ਸਾਰੇ ਭੇਦ ਨੇ ਵੀ ਜਿੰਨੇ ਵੀ ਸ਼ਸਤਰਾਂ ਦੇ ਨਾਂ ਨੇ, ਜਿੰਨੇ ਵੀ ਅਸਤਰਾਂ ਦੇ ਨਾਂ ਨੇ, ਮੈਂ ਉਹਨਾਂ ਨੂੰ ਨਮਸਕਾਰ ਕਰਦਾ। ਇਸ ਲਈ ਉਹ ਇੱਕ ਬੜੀ ਇੱਕ ਡੂੰਘੀ ਜਿਹੀ ਫਿਲਾਸਫੀ ਆ। ਅਤੇ ਜਿਵੇਂ ਜ਼ਫਰਨਾਮਾ ਹੈ, ਅਤੇ ਜ਼ਫਰਨਾਮਾ ਤਾਂ ਆਪਣੇ ਆਪ ਦੇ ਵਿੱਚ, ਕਿਉਂਕਿ ਉਹ ਸਤਿਗੁਰਾਂ ਦੀ ਕਲਮ ਦੀ ਸ਼ਕਤੀ ਹੈ, ਜਿਹਨੂੰ ਅਸੀਂ ਕਹਿੰਦੇ ਜਿੱਤ ਦਾ ਖੱਤ, ਫਤਿਹ ਦਾ ਖੱਤ। ਹੁਣ ਜਿਹੜਾ ਫਤਿਹ ਦਾ ਖੱਤ ਹੈ, ਇਹਦਾ ਹੁਣ ਕੀ ਰੂਪ ਲਵਾਂਗੇ, ਵੀ ਅਧਿਆਤਮਵਾਦੀ ਬਾਣੀ ਹੈ ਕਿ ਇਤਿਹਾਸ ਹੈ। ਹੁਣ ਇਹਦੇ ਵਿੱਚ ਇਤਿਹਾਸ ਵੀ ਹੈ, ਇਹਦੇ ਵਿੱਚ ਅਕਾਲ ਪੁਰਖ ਦੀ ਸ਼ਕਤੀ ਦਾ ਵਰਣਨ ਵੀ ਹੈ, ਇਹਦੇ ਵਿੱਚ ਕੁਝ ਲੜਨ ਵਾਲੇ ਮੁਗਲਾਂ ਦੇ ਜਿਹੜੇ ਉਹਨਾਂ ਦੇ ਜਰਨੈਲ ਸੀ ਉਹਨਾਂ ਦੇ ਨਾਂ ਵੀ ਨੇ, ਇਹਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੂੰ ਫਟਕਾਰਾਂ ਵੀ ਪਾਈਆਂ ਗਈਆਂ ਨੇ, ਇਹਦੇ ਵਿੱਚ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੇਰਵਾ ਵੀ ਹੈ, ਇਹਦੇ ਵਿੱਚ ਚਮਕੌਰ ਦੀ ਜੰਗ ਦਾ ਹਾਲ ਵੀ ਹੈ। ਮਤਲਬ ਜ਼ਫਰਨਾਮਾ ਆਪਣੇ ਆਪ ਵਿੱਚ ਇੱਕ ਉਹ ਰਚਨਾ ਹੈ ਜਿਹੜੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਕਲਮ ਦੀ ਸ਼ਕਤੀ ਦਾ ਵਰਣਨ ਹੈ। ਕਿਉਂਕਿ ਆਮ ਸਾਡੇ ਇਤਿਹਾਸ ਵਿੱਚ ਆਉਂਦਾ ਕਿ ਸਿੱਖਾਂ ਨੇ ਕਿਹਾ ਸਤਿਗੁਰੂ ਜੀਓ, ਔਰੰਗਜ਼ੇਬ ਬਾਦਸ਼ਾਹ ਨੇ ਇੰਨਾ ਜ਼ੁਲਮ ਕੀਤਾ, ਇਹ ਤੋਂ ਬਦਲਾ ਕਿਵੇਂ ਲਿਆ ਜਾਏਗਾ। ਸਤਿਗੁਰੂ ਮੁਸਕਰਾ ਕੇ ਕਹਿੰਦੇ ਕਿ ਤੇਗ ਨਾਲ ਲਈਏ ਕਿ ਕਲਮ ਦੇ ਨਾਲ। ਸਿੱਖਾਂ ਨੇ ਕਿਹਾ ਤੁਸੀਂ ਸਮਰੱਥ ਪਾਤਸ਼ਾਹ, ਇਹ ਤੁਹਾਡੀ ਰਜ਼ਾ। ਸਤਿਗੁਰਾਂ ਨੇ ਮਾਲਵੇ ਤੋਂ ਇਹ ਖੱਤ ਲਿਖਿਆ, ਅੱਜ ਵੀ ਗੁਰਦੁਆਰਾ ਸਾਹਿਬ ਆ ਉੱਥੇ ਜਿੱਥੇ ਸੰਗਤਾਂ ਨਮਸਕਾਰ ਜਾਂਦੀਆਂ ਕਰਨ ਵਾਸਤੇ, ਉਹ ਲਿਖ ਕੇ, ਕਿਉਂਕਿ ਕਾਵਿ ਰੂਪ ਵਿੱਚ ਹੈ, ਸਤਿਗੁਰੂ ਸਮੂਹ ਭਾਸ਼ਾਵਾਂ ਦੇ ਗਿਆਤਾ ਸਨ, ਔਰੰਗਜ਼ੇਬ ਬਾਦਸ਼ਾਹ ਜਿਹੜੀ ਭਾਸ਼ਾ ਸਮਝਦਾ ਸੀ ਉਸੇ ਭਾਸ਼ਾ ਵਿੱਚ ਸਤਿਗੁਰਾਂ ਨੇ ਜ਼ਫਰਨਾਮਾ ਲਿਖਿਆ।
ਹੁਣ ਅੱਜ ਦੇ ਯੁੱਗ 'ਚ ਕੋਈ ਕਵੇ ਵੀ ਇਹ ਤਾਂ ਪੰਜਾਬੀ ਵਿੱਚ ਕਿਉਂ ਨਾ ਲਿਖਿਆ ਜੀ, ਇਹ ਤਾਂ ਪੰਜਾਬੀ ਨੂੰ ਮਾਨਤਾ ਨਹੀਂ ਮਿਲਦੀ। ਨਹੀਂ, ਔਰੰਗਜ਼ੇਬ ਬਾਦਸ਼ਾਹ ਨੂੰ ਜਿਹੜੀ ਭਾਸ਼ਾ ਆਉਂਦੀ ਸੀ, ਜਿਹੜੀ ਭਾਸ਼ਾ ਵਿੱਚ ਉਹਨੂੰ ਫਟਕਾਰਾਂ ਪਾਈਆਂ ਜਾ ਸਕਦੀਆਂ ਸਨ, ਸਪਸ਼ਟ ਉਸ ਭਾਸ਼ਾ ਦੇ ਵਿੱਚ ਸਤਿਗੁਰਾਂ ਨੇ ਇਤਿਹਾਸਿਕ ਵੇਰਵੇ ਵੀ ਦਿੱਤੇ ਅਤੇ ਉਹਨੂੰ ਮਤਲਬ ਇੰਨੀ ਸ਼ਬਦ ਸਖਤ ਵੀ ਵਰਤੇ, ਨਾ ਇਮਾਮ ਪ੍ਰਸਤੀ, ਨਾ ਔਜ਼ਾਏ ਦੀਨ, ਨਾ ਸਹਿਬ ਸਨਾਸ਼ੀ, ਨਾ ਮੁਹੰਮਦ ਯਕੀਨ। ਸਤਿਗੁਰੂ ਕਹਿੰਦੇ ਨਾ ਤੂੰ ਕੋਈ ਇਮਾਨ ਪ੍ਰਸਤ ਹੈ, ਨਾ ਤੇਰਾ ਕਿਸੇ ਦੀਨ ਵਿੱਚ ਵਿਸ਼ਵਾਸ ਹੈ, ਨਾ ਤੂੰ ਹਜ਼ਰਤ ਮੁਹੰਮਦ ਸਾਹਿਬ 'ਤੇ ਯਕੀਨ ਕਰਦਾ, ਨਾ ਸਹਿਬ ਸਨਾਸ਼ੀ, ਨਾ ਮੁਹੰਮਦ ਯਕੀਨ, ਤੂੰ ਕੋਈ ਧਰਮੀ ਬੰਦਾ ਨਹੀਂ ਆ। ਪਰ ਇੱਕ ਗੱਲ ਸੁਣ ਕੇ ਠੀਕ, ਤੂੰ ਮੇਰੇ ਚਾਰ ਪੁੱਤਰ ਕੋਹ ਕੋਹ ਕੇ ਮਾਰ ਦਿੱਤੇ, ਪਰ ਮੇਰਾ ਖਾਲਸਾ ਜਿਉਂਦਾ। ਚੇਹਾ ਸ਼ੁੱਧ ਕੇ ਚੂੰ ਬਚਗਾਂ ਕੁਛ ਤੈ ਚਾਰ, ਕਿ ਬਾਕੀ ਬੇਮਾਨ ਦਸਤ ਪੇਚੀ ਦੇ ਮਾਰ, ਮੇਰਾ ਖਾਲਸਾ ਜਿਉਂਦਾ ਤੇਰੇ ਕੋਲੋਂ ਬਦਲਾ ਲਏਗਾ। ਔਰ ਇਸ ਤਰ੍ਹਾਂ ਬਹੁਤ ਸਾਰੇ ਸ਼ਬਦ, ਜਿਹੜਾ ਚਮਕੌਰ ਦੀ ਗੜੀ ਦਾ ਵੇਰਵਾ ਸਤਿਗੁਰਾਂ ਨੇ ਦਿੱਤਾ, ਗੁਰ ਸਨੇਹ ਚੇ ਕਾਰੇ ਕੁੰਦ ਚਿਹਲ ਨਰ, ਕਿ ਦਹਿ ਲੱਕ ਬਰ ਆਇਦ ਬਰੋ ਬੇਖਬਰ। ਚਿਹਲ ਕਹਿੰਦੇ 40 ਨੂੰ, ਸਤਿਗੁਰੂ ਕਹਿੰਦੇ ਮੇਰੇ 40 ਮਰਦ ਲੜਨ ਵਾਲੇ ਸਨ, ਕਿ ਤੇਰੀਆਂ ਲੱਖਾਂ ਫੌਜਾਂ ਨੇ ਘੇਰਾ ਪਾ ਲਿਆ, ਪਰ ਉਹਨਾਂ ਨੇ ਯੁੱਧ ਕੀਤਾ। ਫਿਰ ਉਹਨਾਂ ਦੇ ਜਿਹੜੇ ਜਰਨੈਲ ਸੀ ਮੁਗਲਾਂ ਦੇ, ਉਹਨਾਂ ਦੇ ਸਤਿਗੁਰਾਂ ਨੇ ਨਾਂ ਦਿੱਤੇ ਕਿ ਇਹ ਪੌੜੀ ਲਾ ਕੇ ਸਵਾਰ ਹੋਏ, ਮੇਰੇ ਇੱਕ ਤੀਰ ਵੱਜਣ ਦੇ ਨਾਲ ਹੀ ਇਹ ਸਾਰੇ ਦੌੜ ਗਏ, ਅਤੇ ਕਾਸ਼ ਦੂਜਾ ਜਰਨੈਲ ਵੀ ਆਇਆ ਹੁੰਦਾ, ਮੈਂ ਉਹਨੂੰ ਤੀਰ ਉਹਨੂੰ ਵੀ ਬਖਸ਼ਦਾ। ਮਤਲਬ ਇਹ ਇੱਕ ਸਮੁੱਚਾ ਵੇਰਵਾ ਕਿ ਸਤਿਗੁਰਾਂ ਦੀ ਹੱਡ ਬੀਤੀ ਦੀ ਕਥਾ ਹੈ, ਇਸ ਤੋਂ ਨਜ਼ਦੀਕ ਕੋਈ ਬੰਦਾ ਨਹੀਂ ਜਾ ਸਕਦਾ। ਬਾਕੀ ਜਿੰਨਾ ਵੀ ਕੋਈ ਢਾਡੀ ਲਿਖੇਗਾ, ਸਾਰੇ ਸਤਿਕਾਰ ਨਾਲ ਲਿਖਣਗੇ, ਪਰ ਇੱਕ ਸ਼ਖਸ ਉਹ ਆ ਜਿਹੜੇ ਸਤਿਗੁਰੂ ਪੰਜ ਭੂਤਕ ਸਰੀਰ ਵਿੱਚ ਸੰਸਾਰ 'ਤੇ ਵਿਚਰਦੇ ਆ, ਅਤੇ ਉਹ ਖੁਦ ਜੰਗ ਲੜਦੇ ਆ ਅਤੇ ਖੁਦ ਜੰਗ ਦਾ ਹਾਲ ਲਿਖਦੇ ਆ। ਮਤਲਬ ਇਹ ਤਾਂ ਹੁਣ ਸਿੱਖਾਂ ਦੀ ਬਦਕਿਸਮਤੀ ਹੈ ਕਿ ਕੁਝ ਬੇਵਕੂਫ ਕਿਸਮ ਦੇ ਲੋਕ, ਜਿਨ੍ਹਾਂ ਨੂੰ ਅਜੇ ਜ਼ਫਰਨਾਮੇ ਦੀ ਸਮਝ ਨਹੀਂ ਆਈ, ਜਿਨ੍ਹਾਂ ਨੂੰ ਸਤਿਗੁਰਾਂ ਦੀਆਂ ਬਾਣੀਆਂ ਦੀ ਸਮਝ ਨਹੀਂ ਆਈ, ਅਤੇ ਉਹਨਾਂ ਦੀ ਅਕਲ ਦੇ ਉੱਤੇ ਤਾਂ ਅਸੀਂ ਕੇਵਲ ਸੋਗ ਕਰ ਸਕਦੇ ਹਾਂ, ਉਹਨਾਂ ਦੀ ਅਕਲ ਦੇ ਉੱਤੇ ਕੇਵਲ ਰੋਇਆ ਜਾ ਸਕਦਾ ਵੀ ਐਡਾ ਵੱਡਾ ਮਹਾਨ ਵਿਰਸਾ ਹੋਵੇ। ਇਸਲਾਮ ਵਰਗਾ ਧਰਮ 'ਤੇ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਵਾਲ ਰੱਖ ਕੇ ਵੀ ਕਹਿੰਦਾ ਵੀ ਸਾਡੇ ਮੁਹੰਮਦ ਸਾਹਿਬ ਦਾ ਇੱਕ ਨਿਸ਼ਾਨੀ ਵਾਸਤੇ ਕੇਸ ਹੈ, ਸਾਡੇ ਕੋਲ ਵਾਲ ਹੈ, ਅਤੇ ਸਾਡੇ ਕੋਲ ਐਡਾ ਵੱਡੀ ਰਚਨਾ ਕਲਗੀਧਰ ਪਾਤਸ਼ਾਹ ਜੀ ਦੀ ਹੋਵੇ, ਖੁਦ ਗਵਾਹ ਹੋਣ, ਅਤੇ ਉਹੋ ਜਿਹਾ ਰੂਪ ਕਿਸੇ ਦਾ ਲੱਭਦਾ ਵੀ ਨਾ ਹੋਵੇ, ਨਾ ਉਹੋ ਜਿਹੀ ਸ਼ੈਲੀ ਹੋਵੇ, ਨਾ ਭਾਸ਼ਾ ਹੋਵੇ, ਜਿਹੜੇ ਸਤਿਗੁਰੂ ਆਪਣੇ ਪਿਤਾ ਦੀ ਸ਼ਹੀਦੀ ਬਾਰੇ ਲਿਖਦੇ ਨੇ, ਜਿਹੜੇ ਸਤਿਗੁਰੂ ਭੰਗਾਣੀ ਦਾ ਯੁੱਧ, ਨਦੌਣ ਦਾ ਯੁੱਧ ਲਿਖਦੇ ਨੇ, ਜਿਹੜੇ ਸਤਿਗੁਰੂ ਸਮਕਾਲੀ ਸਥਿਤੀਆਂ ਵਿੱਚ ਬੇਅੰਤ ਹਵਾਲੇ ਦੇ ਕੇ ਜਾਣ ਵਾਲੇ ਨੇ, ਅਤੇ ਜੇ ਸਿੱਖਾਂ ਨੂੰ ਉਹ ਸਮਝ ਕੁਝ ਲੋਕਾਂ ਨੂੰ ਨਾ ਆਉਂਦੀ ਹੋਵੇ ਜਾਂ ਗੁੰਮਰਾਹ ਕਰਦੇ ਹੋਣ, ਤਾਂ ਅਜਿਹੇ ਲੋਕਾਂ ਨੂੰ ਮੈਂ ਕਹਿੰਦਾ ਹੁੰਦਾ ਕਿ ਹਰ ਗ੍ਰੰਥ ਨੂੰ ਪੜ੍ਹਨ ਵਾਸਤੇ ਇੱਕ ਨਜ਼ਰੀਆ ਚਾਹੀਦਾ। ਜਿੰਨਾ ਡੂੰਘਾ ਅਧਿਐਨ ਹੋਏਗਾ, ਓਨੀ ਸਾਡੀ ਸ਼ਰਧਾ ਵਿਸ਼ਵਾਸ ਵੱਧ ਬਣੇਗਾ। ਪਰ ਜੇ ਬੰਦਾ ਸੋਚ ਕੇ ਇਹ ਪੜ੍ਹਦਾ ਕਿ ਮੈਂ ਇਹਨੂੰ ਰੱਦ ਕਰਨ ਵਾਸਤੇ ਪੜ੍ਹਦਾ, ਤਾਂ ਇਹ ਤਾਂ ਐਵੇਂ ਨਰਕਾਂ ਦੇ ਭਾਗੀ ਬਣਨ ਵਾਲੀ ਗੱਲ ਹੈ। ਜੇ ਭਾਵਨਾ ਨਾਲ ਪੜ੍ਹੇਗਾ ਵੀ ਇਹਦੇ ਵਿੱਚੋਂ ਮੈਂ ਪਰੋਸ ਪਰੋਸ ਕੇ ਆਪਣੀ ਕੌਮ ਨੂੰ ਪੇਸ਼ ਕਰਨਾ ਕਿ ਉਹਨਾਂ ਵਿੱਚ ਸਵੈ ਮਾਣ ਪੈਦਾ ਹੋਵੇ। ਹਰ ਬੰਦੇ ਦੀਆਂ ਦੋ ਧਰਾਵਾਂ ਹੁੰਦੀਆਂ, ਜੋ ਮੇਰਾ ਜਾਤੀ ਤਜ਼ਰਬਾ, ਜਾਂ ਬੰਦਾ ਆਸ਼ਾਵਾਦੀ ਹੁੰਦਾ ਜਾਂ ਨਿਰਾਸ਼ਾਵਾਦੀ ਹੁੰਦਾ, ਜਾਂ ਢਿੰਦੀ ਕਲਾ ਵਾਲਾ ਹੁੰਦਾ ਜਾਂ ਚੜ੍ਹਦੀ ਕਲਾ ਵਾਲਾ ਹੁੰਦਾ, ਜਾਂ ਨਾ ਵਾਚੀ ਸੋਚਦਾ ਜਾਂ ਹਾਂ ਵਾਚੀ ਸੋਚਦਾ। ਮੇਰੇ ਨਾਲ ਕਈਆਂ ਦੀ ਸਹਿਮਤੀ ਤਾਂ ਨਹੀਂ ਬਣਦੀ, ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਬੜੀ ਚੜ੍ਹਦੀ ਕਲਾ 'ਚ ਪੰਥ ਹੈ। ਅਸੀਂ ਹੁਣ ਦੁਨੀਆ ਦੇ 199 ਦੇਸ਼ਾਂ 'ਚੋਂ 160 ਦੇਸ਼ਾਂ 'ਚ ਵੱਸਦੇ ਹਾਂ, ਸਾਡੇ ਕੋਲ ਬੜੀਆਂ ਵੱਡੀਆਂ ਜਥੇਬੰਦੀਆਂ ਨੇ, ਸਾਡਾ ਇੱਕ ਬੜਾ ਵੱਡਾ ਪਰਿਵਾਰ ਹੈ, ਅਸੀਂ ਇੱਕ ਬੜੀ ਵੱਡੀ ਸ਼ਕਤੀ ਦੇ ਰੂਪ ਵਿੱਚ ਸੰਸਾਰ ਵਿੱਚ ਹਾਂ। ਅੱਜ ਤੋਂ ਤੁਸੀਂ 100 ਸਾਲ ਪਿੱਛੇ ਜਾਓ, ਮੈਂ ਲਾਹੌਰ ਦੇ ਅਖਬਾਰਾਂ 'ਤੇ ਮੇਰੀ ਡਾਕਟਰੇਟ ਸੀ, ਅਤੇ ਉਸ ਸਮੇਂ ਸ਼੍ਰੋਮਣੀ ਕਮੇਟੀ ਜਦੋਂ ਬਣੀ, ਇਹਨਾਂ ਕੋਲ ਦੋ ਕਮਰੇ ਪਾਉਣ ਵਾਸਤੇ ਪੈਸੇ ਨਹੀਂ ਸਨ। ਆ ਸ਼ਹੀਦ ਸਿੱਖ ਮਿਸ਼ਨੀ ਕਾਲਜ ਬਣਿਆ 1923 ਵਿੱਚ, ਅਤੇ ਇਹਨਾਂ ਨੇ ਮੇਰੇ ਕਿੰਨੀਆਂ ਅਪੀਲਾਂ ਕੀਤੀਆਂ ਲਾਹੌਰ ਦੇ ਅਖਬਾਰਾਂ ਵਿੱਚ ਵੀ ਸਾਨੂੰ 7000 ਰੁਪਈਆ ਚਾਹੀਦਾ, ਅਸੀਂ ਦੋ ਕਮਰੇ ਪਾ ਕੇ ਸਿੱਖਾਂ ਦੇ ਬੱਚਿਆਂ 'ਚ ਪ੍ਰਚਾਰਕ ਪੈਦਾ ਕਰਨੇ ਨੇ। ਔਰ ਇਹ ਕਈ ਮਹੀਨੇ ਐਡ ਦੇਈ ਗਏ ਖਾਲਸਾ ਅਖਬਾਰ ਲਾਹੌਰ ਵਿੱਚ, ਕਿਉਂਕਿ ਮੱਥਾ ਟੇਕਣ ਕੋਈ ਆਉਂਦਾ ਨਹੀਂ ਸੀ, ਪੈਸਾ ਕਿਸੇ ਕੋਲ ਹੁੰਦਾ ਨਹੀਂ ਸੀ। ਗੁਰਦੁਆਰੇ ਬੀਬੀਆਂ ਨੇ ਜਾਣਾ, ਮੈਨੂੰ ਯਾਦ ਆ, ਅਸੀਂ ਆਪਣੀ ਮਾਤਾ ਨਾਲ ਜਾਣਾ ਅਤੇ ਦਾਣੇ ਥਾਲੀ 'ਚ ਪਾਏ ਹੋਣੇ, ਪੈਸਾ ਨਹੀਂ ਸੀ ਕੋਈ ਲੈ ਕੇ ਜਾਂਦਾ, ਅਤੇ ਉਹੋ ਹੀ ਗੁਰਦੁਆਰਾ ਸਾਹਿਬ ਦੀ ਗੁੱਠ 'ਚ ਢੇਰੀ ਲਾ ਕੇ ਮੱਥਾ ਟੇਕ ਲੈਣਾ। ਪੈਸਾ ਟਕਾ ਲੋਕਾਂ ਕੋਲ ਥੋੜ੍ਹਾ ਸੀ। ਤਾਂ ਹੁਣ ਸਾਡਾ 1200 ਕਰੋੜ ਦਾ ਬਜਟ ਹੈ, ਅਤੇ ਸੰਸਥਾ ਚਾਹਵੇ ਤਾਂ ਸ਼ਾਮ ਨੂੰ ਨਵਾਂ ਕਾਲਜ ਬਣਾ ਲੈਂਦੀ ਆ, ਅਤੇ ਬਾਬਾ ਖੜਕ ਸਿੰਘ ਨੇ 7000 ਰੁਪਈਆ ਕਿਤੇ ਬਾਹਰੋਂ ਗਰਾਹੀ ਗਰੂਹੀ ਕਰਕੇ ਦਿੱਤਾ, ਅਤੇ ਪਤਾ ਨਹੀਂ ਕਿੰਨਾ ਚਿਰ ਉਹਦਾ ਧੰਨਵਾਦ ਕੀਤਾ ਗਿਆ।
ਔਰ ਮਿਸ਼ਨਰੀ ਕਾਲਜ ਖਾਲਸਾ ਕਾਲਜ ਦੇ ਲਾਗੇ ਬਣਾਇਆ, ਪੜ੍ਹਾਉਣ ਵਾਸਤੇ ਪ੍ਰੋਫੈਸਰ ਨਹੀਂ ਸੀ ਹੈਗੇ, ਇਹ ਇਸ ਲਈ ਬਣਾਇਆ, ਮਾਸਟਰ ਤਾਰਾ ਸਿੰਘ ਦੀ ਕੋਠੀ ਲਾਗੇ ਸੀ ਅਤੇ ਲਾਗੇ ਮਿਸ਼ਨਰੀ ਕਾਲਜ ਇਸ ਲਈ ਬਣਾਇਆ ਵੀ ਖਾਲਸਾ ਕਾਲਜ ਦੇ ਜਿਹੜੇ ਪ੍ਰੋਫੈਸਰ ਹੈ ਉਹ ਸਾਡੇ ਪ੍ਰਚਾਰਕਾਂ ਨੂੰ ਆ ਕੇ ਪੜ੍ਹਾਇਆ ਕਰਨਗੇ। ਇਸ ਲਈ ਪ੍ਰੋਫੈਸਰ ਸਾਹਿਬ ਸਿੰਘ, ਡਾਕਟਰ ਤਾਰਨ ਸਿੰਘ, ਧਰਮਾਨੰਦ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਉਹ ਖਾਲਸਾ ਕਾਲਜ ਦੀ ਕਲਾਸ ਲਾ ਕੇ ਆਪਣੀ ਅਤੇ ਫਿਰ ਧਾਰਮਿਕ ਆਪਣੀ ਮਤਲਬ ਇੱਕ ਸ਼ਰਧਾ ਦੇ ਨਾਲ ਉਹ ਮਿਸ਼ਨਰੀ ਕਾਲਜ ਤੁਰ ਕੇ ਪੜ੍ਹਾਉਣ ਆਉਂਦੇ ਹੁੰਦੇ ਸਨ। ਥੋੜ੍ਹਾ ਜਿਹਾ ਫਾਸਲਾ ਹੈ ਤੁਰ ਕੇ, 10 ਕੁ ਮਿੰਟ ਦਾ ਹੈਗਾ, ਅਤੇ ਉਹਨਾਂ ਨੇ ਉਦੋਂ ਬਹੁਤੀ ਆਬਾਦੀ ਹੁੰਦੀ ਨਹੀਂ ਸੀ, ਉਹਨਾਂ ਨੇ ਵਿੱਚੇ ਵਿੱਚ ਆਣ ਕੇ ਅਤੇ ਜਿਹੜੇ ਬੱਚੇ ਪ੍ਰਚਾਰਕ ਰੱਖੇ ਸਨ, 10 ਵਿਦਿਆਰਥੀ ਰੱਖੇ ਸਨ ਉਸ ਸਮੇਂ, ਅਤੇ ਪ੍ਰਿੰਸੀਪਲ ਗੰਗਾ ਸਿੰਘ ਪਹਿਲੇ ਪ੍ਰਿੰਸੀਪਲ ਸਨ, ਔਰ ਇਹ ਛੋਟਾ ਜਿਹਾ ਕਾਲਜ ਬਣਾਇਆ ਵੀ ਆਪਾਂ ਸਿੱਖਾਂ ਦੇ ਪ੍ਰਚਾਰਕ ਹੀ ਹੈ, ਨਹੀਂ ਪ੍ਰਚਾਰਕ ਹੋਣਗੇ ਤਾਂ ਪ੍ਰਚਾਰ ਕਰਨਗੇ, ਅਤੇ ਉਹ ਕਾਲਜ ਦੇ ਲਾਗੇ ਇਸ ਲਈ ਬਣਾਇਆ ਵੀ ਫ੍ਰੀ ਵਿੱਚ ਉਹ ਸੇਵਾ ਕਰਦਿਆ ਕਰਨਗੇ। ਮਤਲਬ ਸਾਡੇ ਵੱਡਿਆਂ ਦਾ ਇਹੋ ਜਿਹਾ ਮਾਨਸਿਕਤਾ ਸੀ ਕਿ ਸਾਡੀ ਕੌਮ ਦੇ ਵਿੱਚ ਵਿੱਦਿਆ ਆਵੇ, ਵਿਆਖਿਆਕਾਰੀ ਆਵੇ, ਕਿਉਂਕਿ ਉਦੋਂ ਸਾਡੇ ਕੋਲ ਬਹੁਤੀਆਂ ਸੰਪਰਦਾਵਾਂ ਟਕਸਾਲਾਂ ਦਾ ਵੀ ਰੂਪ ਨਹੀਂ ਸੀ ਹੈਗਾ, ਇਹ ਉਸ ਤੋਂ ਬਾਅਦ ਵਿੱਚ ਸੰਤ ਗੁਰਬਚਨ ਸਿੰਘ ਜੀ ਹੋਰਾਂ ਨੂੰ ਆਪਾਂ ਚੱਲਦੀ ਫਿਰਦੀ ਯੂਨੀਵਰਸਿਟੀ ਕਹਿੰਦੇ ਹਾਂ ਕਿ ਉਹ ਤੁਰ ਫਿਰ ਕੇ ਨਾਲ ਸਾਥੀ ਵਿਦਿਆਰਥੀ ਲੈ ਲੈਂਦੇ ਸਨ, ਫਿਰ ਉਹਨਾਂ ਨੂੰ ਸੰਥਿਆ ਕਰਵਾਉਣੀ ਗੁਰਬਾਣੀ ਦੀ, ਫਿਰ ਉਹਨਾਂ ਨੂੰ ਦ੍ਰਿੜ ਕਰਾਉਣਾ, ਫਿਰ ਅੰਮ੍ਰਿਤ ਸੰਚਾਰ ਕਰਦੇ ਰਹਿਣਾ, ਬੜੀ ਵੱਡੀ ਦੇਣ ਉਹਨਾਂ ਦੀ। ਮੈਂ ਹਮੇਸ਼ਾ ਤਾਂ ਕਹਿੰਦਾ ਕਿ ਜਿਨ੍ਹਾਂ ਨੇ ਪਿਛੋਕੜ ਵਿੱਚ ਕੰਮ ਕੀਤਾ ਉਹਨਾਂ ਨੇ ਦਮਦਮੀ ਟਕਸਾਲ ਦੇ ਰੂਪ ਵਿੱਚ ਕੀਤਾ, ਜਾਂ ਜਿਹੜੇ ਮਿਸ਼ਨੀ ਅਦਾਰੇ ਨੇ ਸਿੱਖ ਮਿਸ਼ਨੀ ਕਾਲਜ ਨੇ ਅੰਮ੍ਰਿਤਸਰ ਵਾਲੇ ਨੇ ਕੀਤਾ, ਉਹਨਾਂ ਦੀ ਬਹੁਤ ਵੱਡੀ ਦੇਣ ਹੈ ਕਿ ਜਦੋਂ ਸਾਡੇ ਕੋਲ ਪੈਸਾ ਨਹੀਂ ਸੀ, ਸਰੋਤ ਨਹੀਂ ਸੀ, ਰੋਟੀ ਖੋਣੀ ਔਖੀ ਸੀ, ਆਵਾਜਾਈ ਦੇ ਸਾਧਨ ਨਹੀਂ ਸਨ, ਪੈਦਲ ਚੱਲਣਾ, ਹੁਣ ਤਾਂ ਗੱਡੀਆਂ ਨੇ, ਸਭ ਕੁਝ ਸਮਾਨ ਆ ਸਾਡੇ ਪਾਸ, ਹਰ ਚੀਜ਼ ਹੈ, ਪਰ ਉਸ ਸਮੇਂ 'ਚ ਉਹਨਾਂ ਨੇ ਬਹੁਤ ਕੰਮ ਕੀਤਾ, ਔਰ ਉਹ ਲੋਕ ਸ਼ਰਧਾਵਾਨ ਗੁਰਸਿੱਖ ਸਨ, ਸ਼ਰਧਾਵਾਨ ਪ੍ਰਚਾਰਕ ਸਨ, ਬੜੇ ਬੜੇ ਵਿਦਵਾਨ ਹੋਏ, ਪਰ ਸਾਰਿਆਂ ਦੀ ਸ਼ਰਧਾ ਦਸਮ ਬਾਣੀ 'ਤੇ ਸਾਰਿਆਂ ਦੀ ਹੀ ਪਰਿਪੱਕ ਰਹੀ, ਵਿਆਖਿਆ ਕਰਾਉਂਦੇ ਰਹੇ, ਸਮਝਾਉਂਦੇ ਰਹੇ, ਪਰ ਆਹ ਜਿਹੜੀ 21ਵੀਂ ਸਦੀ ਦੇ ਲਾਗੇ ਆ ਕੇ ਜਾਂ 20ਵੀਂ ਸਦੀ ਦੇ ਅੰਤ ਵਿੱਚ ਸਾਡਾ ਮਾਹੌਲ ਇਹੋ ਜਿਹਾ ਬਦਲਿਆ ਕਿ ਕੁਝ ਲੋਕ ਸ਼ਰਾਰਤ ਦੇ ਨਾਲ, ਜਿਨ੍ਹਾਂ ਰਾਗੀ ਸਿੰਘਾਂ ਨੇ ਬਾਣੀ ਗਾਈ ਵੀ ਉਹ ਵੀ ਕਈ ਵਾਰੀ ਸਾਜ਼ਿਸ਼ਾਂ ਦੇ ਅਧੀਨ ਉਲਟ ਬੋਲਣਾ ਸ਼ੁਰੂ ਹੋ ਗਏ। ਉਹਦਾ ਕਾਰਨ ਇਹ ਕਿ ਮਾਹੌਲ ਬਦਲ ਦੇ ਵਿੱਚ ਕੁਝ ਲੋਕਾਂ ਦੀ ਸੋਚ ਖਰੀਦੀ ਜਾਂਦੀ ਹੈ, ਫਿਰ ਉਹ ਗ੍ਰੰਥਾਂ ਦੀ ਨਿੰਦਿਆ ਕੀਤੀ ਜਾਂਦੀ ਹੈ। ਅਤੇ ਜਾਣ ਕੇ ਸ਼ੰਕਾ ਕਿਸੇ 'ਚ ਵੀ ਪਾ ਦਿਉ, ਮੈਂ ਸਮਾਪਤੀ ਕਰਦਾ, ਤੁਸੀਂ ਲੰਗਰ ਵਿੱਚ ਮੰਨ ਲਓ ਪ੍ਰਸ਼ਾਦਾ ਛਕਣਾ, ਇੱਕ ਇਹਨਾਂ 'ਚੋਂ ਸ਼ਰਧਾਲੂ ਸਿੰਘ ਜਿਨ੍ਹਾਂ ਨੇ ਜਾਕਟਾਂ ਪਾਈਆਂ ਨੇ ਉਹ ਕਹਿ ਦੇਵੇ ਵੀ ਇਸ ਦਾਲ ਦੇ ਵਿੱਚ ਇੱਕ ਕਿਰਲੀ ਡਿੱਗ ਪਈ ਹੈ, ਤੁਹਾਨੂੰ ਕਿਸੇ ਨੂੰ ਦਾਲ ਸਵਾਦ ਨਹੀਂ ਲੱਗਣੀ, ਭਾਵੇਂ ਕਿਰਲੀ ਨਹੀਂ ਵੀ ਡਿੱਗੀ, ਜਾਂ ਕੋਈ ਕਹਿ ਦੇ ਕਿਸੇ ਨੇ ਇਹਦੇ ਵਿੱਚ ਜੂਠ ਸਿੱਟਤੀ ਹੈ, ਤੁਹਾਡਾ ਰੋਟੀ ਖਾਣ ਨੂੰ ਜੀਅ ਨਹੀਂ ਕਰੇਗਾ। ਸ਼ੰਕਾ ਇੱਕ ਐਡਾ ਮਤਲਬ ਵੱਡਾ ਰੂਪ ਧਾਰਨ ਕਰ ਜਾਂਦਾ ਕਿ ਤੁਸੀਂ ਵਧੀਆ ਤੋਂ ਵਧੀਆ ਪਦਾਰਥ ਬਣਾ ਕੇ ਅਫਵਾਹ ਉਡਾ ਦਿਉ ਬੜੇ ਆਤਮ ਵਿਸ਼ਵਾਸ ਨਾਲ ਕਿ ਇਹ ਚਾਹ ਪੀਣ ਯੋਗ ਨਹੀਂ ਆ, ਇਹਦੇ 'ਚ ਲੱਗਦਾ ਕੁਛ ਡਿੱਗ ਪਿਆ, ਤੁਸੀਂ ਸਾਰਿਆਂ ਨੇ ਕੱਪ ਛੱਡ ਦੇਣੇ, ਚੰਗੀ ਭਲੀ ਚਾਹ ਉਹੀ ਸਵਾਦ, ਤੁਹਾਨੂੰ ਸਵਾਦ ਵੀ ਨਹੀਂ ਆਉਣਾ। ਇਹ ਇੱਕ ਬੰਦੇ ਦੀ ਮਾਨਸਿਕ ਕਮਜ਼ੋਰੀ ਆ, ਕਿਸੇ ਦੇ ਉੱਤੇ ਕੋਈ ਵੀ ਸ਼ੰਕਾ ਖੜਾ ਕਰ ਦਿਉ, ਚੰਗੀ ਤੋਂ ਚੰਗੀ ਵਸਤੂ ਬਣਾ ਕੇ, ਤੁਹਾਡੇ ਪਰਿਵਾਰਕ ਰੂਪ ਵਿੱਚ ਪਿੰਡਾਂ ਵਿੱਚ ਇੱਕ ਕਲਚਰ ਹੈ ਕਿ ਸ਼ੰਕਾ ਪਾ ਕੇ ਜਿਹਨੂੰ ਚੁਗਲੀ ਕਰਨਾ ਕਹਿੰਦੇ ਆ, ਉਹ ਚੁਗਲੀ ਮਤਲਬ ਕਈਆਂ ਦੇ ਕਤਲ ਕਰਾ ਜਾਂਦੀ ਆ, ਕਈਆਂ ਘਰਾਂ ਨੂੰ ਬਰਬਾਦ ਕਰ ਜਾਂਦੀ ਹੈ, ਪਰ ਹੋਇਆ ਕੁਛ ਵੀ ਨਹੀਂ ਹੁੰਦਾ। ਮਤਲਬ ਚੁਗਲੀ ਲਾਉਣ ਵਾਲੇ ਦਾ ਆਤਮ ਵਿਸ਼ਵਾਸ ਇੰਨਾ ਹੁੰਦਾ ਕਿ ਉਹ ਅੱਗ ਲਾ ਕੇ ਮਤਲਬ ਕਈਆਂ ਦੇ ਖਾਨਦਾਨ ਤਬਾਹ ਹੋ ਗਏ। ਜਦੋਂ ਕਿਸੇ ਚੀਜ਼ 'ਤੇ ਸ਼ੰਕਾ ਖੜਾ ਕਰਤਾ ਨਾ, ਇਹ ਬੇਲੋੜੇ ਸ਼ੰਕੇ ਨੇ, ਮੈਂ ਤਾਂ ਕਹਿੰਦਾ ਸਾਰੇ ਬੇਲੋੜੇ ਸ਼ੰਕੇ ਨੇ, ਸ਼ੰਕੇ ਸ਼ਰਾਰਤ ਨਾਲ ਖੜੇ ਕੀਤੇ ਗਏ ਵੀ ਇਹਨਾਂ 'ਚ ਦੁਬਧਾ ਪਾ ਦਿਉ ਵੀ ਇਹ ਬਾਣੀ ਹੈ ਵੀ ਹੈ ਕਿ ਨਹੀਂ ਹੈ। ਕੁਝ ਸਿੱਖਾਂ ਨੇ ਉਹਨਾਂ ਦੇ ਮਨ 'ਚ ਵਿਚਾਰਾ, ਹਰ ਸਿੱਖ ਇੰਨਾ ਪਰਿਪੱਕ ਨਹੀਂ ਹੁੰਦਾ, ਕਈਆਂ ਦੀ ਸ਼ਰਧਾ ਕੱਚੀ ਹੁੰਦੀ ਹੈ, ਉਹ ਕਹਿੰਦੇ ਅੱਛਾ ਜੀ ਫਿਰ ਇਹ ਨਹੀਂ ਪਾਠ ਕਰਦੇ ਆਪਾਂ ਦੂਜਾ ਕਰ ਲਾਂਗੇ। ਹੌਲੀ ਹੌਲੀ ਇਹ ਤੋੜਨ ਦਾ ਇੱਕ ਬੜਾ ਵਿਗਿਆਨਕ ਜਾਂ ਮਨੋਵਿਗਿਆਨਕ ਢੰਗ ਹੈਗਾ, ਮਨੋਵਿਗਿਆਨਕ ਢੰਗ ਹੈ ਕਿ ਸ਼ੰਕਾ ਖੜਾ ਕਰ ਦਿਉ, ਬਾਕੀ ਲੋਕ ਜਾਣਨ। ਇਹ ਕੇਵਲ ਸ਼ੰਕੇ ਨੇ, ਨਾ ਕੋਈ ਸਾਡਾ ਰਾਗਮਾਲਾ ਦਾ ਰੌਲਾ, ਨਾ ਕੋਈ ਸਾਡਾ ਅਮਰ ਦੀਆਂ ਬਾਣੀਆਂ ਦਾ ਹੈ, ਨਾ ਕੋਈ ਦਸਮ ਬਾਣੀ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੈ, ਨਾ ਕਿਸੇ ਵੀ ਵਿਸ਼ੇ 'ਤੇ ਜਾਣ ਬੁੱਝ ਕੇ ਇਤਿਹਾਸ 'ਤੇ ਵੀ ਸ਼ੰਕੇ ਖੜੇ ਕੀਤੇ ਜਾਂਦੇ ਆ। ਆਹ ਸੂਰਜ ਪ੍ਰਕਾਸ਼ 'ਤੇ ਵੀ ਜਾਣ ਬੁੱਝ ਕੇ ਸ਼ੰਕੇ ਖੜੇ ਕੀਤੇ ਜਾਂਦੇ ਆ, ਕਿਉਂਕਿ ਇਹ ਲੋਕ ਤਾਂ ਇਸ ਗ੍ਰੰਥ ਦੇ ਵਿਆਖਿਆਕਾਰ ਹੀ ਨਹੀਂ ਹੈ। ਸੂਰਜ ਪ੍ਰਕਾਸ਼ ਵਰਗੀ ਕਵਿਤਾ, ਕਾਵਿ ਕਲਾ, ਕਵੀ ਸੰਤੋਖ ਸਿੰਘ ਵਰਗੀ ਜਣੇ ਖਣੇ ਦਾ ਵੱਸਦਾ ਰੋਗ ਨਹੀਂ। ਜਦੋਂ ਕਲਗੀਧਰ ਪਾਤਸ਼ਾਹ ਬਾਰੇ ਲਿਖਦੇ ਨਾ, ਛਾਏ ਜਾਤੀ ਏਕਤਾ ਅਨੇਕਤਾ, ਬੁਲਾਏ ਜਾਤੀ ਹੋਵਤੀ ਕਚੀਲਤਾ, ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ, ਧਰਮ ਧਸਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੁਰਾ ਸੰਤੋਖ ਸਿੰਘ ਦੂਰ ਹੋਤੇ, ਕਥਾ ਮਿਟ ਜਾਤੀ ਸਭ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤੀ ਨਾ ਹੋਤੀ ਜੋ ਪੈ ਕਰਣਾ ਨਿਧਾਨ ਕੀ। ਮੈਂ ਕਹਿੰਦਾ ਨਾ ਇਹੋ ਜਿਹੀਆਂ 4 ਲਾਈਨਾਂ ਹੀ ਕੋਈ ਬਾਬਾ ਲਿਖ ਕੇ ਵਿਖਾ ਦੇਵੇ, ਇਹਨੂੰ ਮੰਨ ਲਾਂਗੇ। ਇਹ ਕੋਈ ਸਹਿਜ ਭਾਵੀ ਵਰਤਾਰਾ ਨਹੀਂ ਹੈ
कि गुरु गोबिंद सिंह जी बारे चार लाइना लिखते ने कवि संतोख सिंह ते जिहड़ी बहर चलती है जिवें सप्प दी चाल चलती हुंदी आ ऐ कविता विच इह भी रहमत तो बिना बंदा इहो जिहे शब्द लिख नहीं सकता ਇਹ ਏਡਾ ਵੱਡਾ ਗ੍ਰੰਥ ਲਿਖ ਜਾਣਾ ਜਿਹਦੇ ਉੱਤੇ ਕਿੰਨੇ ਟੀਕਾਕਾਰ ਕੰਮ ਕਰ ਰਹੇ ਨੇ ਠੀਕ ਆ ਉਹ ਲਿਖਣ ਤੋਂ ਬਾਅਦ ਉਹਨਾਂ ਦੀ ਜਲਦੀ ਉਹ ਅਕਾਲ ਤਖ਼ਤ 'ਤੇ ਸੌਂਪ ਕੇ ਗ੍ਰੰਥ ਹੱਥ ਲਿਖਤ ਖਰੜਾ ਥੋੜ੍ਹੇ ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਮੌਤ ਤੋਂ 90 ਸਾਲ ਬਾਅਦ ਇਹ ਗ੍ਰੰਥ ਛਪਿਆ ਭਾਈ ਵੀਰ ਸਿੰਘ ਜੀ ਨੇ ਜਦ ਇਹਨੂੰ ਸੰਪਾਦਿਤ ਕੀਤਾ ਉਹਨਾਂ ਨੇ ਇਹ 'ਤੇ ਟਿੱਪਣੀ ਦੇ ਦਿੱਤੀ ਵੀ ਆਹ ਪੰਗਤੀਆਂ ਲੱਗਦੀਆਂ ਕਿ ਭਾਈ ਸਾਹਿਬ ਦੀ ਰਚਨਾ ਨਹੀਂ ਆ ਹੁਣ ਭਾਈ ਵੀਰ ਸਿੰਘ ਜੀ ਨੂੰ ਕੋਈ ਪੜ੍ਹੇ ਤਾਂ ਪਤਾ ਲੱਗੇ ਵੀ ਭਾਈ ਵੀਰ ਸਿੰਘ ਜੀ ਵੀ ਇੱਕ ਰੂਹਾਨੀ ਮੰਡਲ ਵਾਲੀ ਰੂਹ ਹੈ ਉਹਨਾਂ ਦੀ ਰਚਨਾ ਉਹਨਾਂ ਦੀ ਕਾਵ ਕਲਾ ਸਿਖਰ ਹੈ ਜੇ ਭਾਈ ਵੀਰ ਸਿੰਘ ਵਰਗੀ ਰੂਹਾਨੀ ਮੰਡਲ ਵਰਗੀ ਸ਼ਖਸੀਅਤ ਉਸ ਗ੍ਰੰਥ ਦੀ ਸੰਪਾਦਨਾ ਕਰਕੇ ਉਹ ਵੇਰਵਾ ਦੇ ਗਏ ਇਹਨੂੰ ਧਿਆਨ ਨਾਲ ਪੜਿਓ ਇਹ ਲੱਗਦਾ ਨਹੀਂ ਕਿ ਕਵੀ ਜੀ ਦੀ ਕਲਪ ਰਚਨਾ ਹੈ ਪਰ ਬਾਕੀ ਤਾਂ ਸਭ ਕੁਝ ਸਾਂਭਣ ਯੋਗ ਆ ਨਾ ਜੋ ਉਹਦੇ ਵਿੱਚ ਕੋਈ ਦੋ ਚਾਰ ਪੱਤਰੇ ਹੋ ਸਕਦੇ ਆ ਕਿਸੇ ਨੇ ਇਹੋ ਜਿਹਾ ਫੋਕਟ ਕਰਮ ਕਰ ਦਿੱਤਾ ਹੋਵੇ ਪਰ ਏਡਾ ਵੱਡਾ ਗ੍ਰੰਥ ਤਾਂ ਇਹ ਨਹੀਂ ਵੀ ਸਾਰਾ ਦੁਸ਼ਮਣਾਂ ਨੇ ਲਿਖਤਾ ਦੁਸ਼ਮਣਾਂ ਨੇ ਆਪਣਾ ਕਿਉਂ ਨਾ ਲਿਖ ਲਿਆ ਸਾਡੇ ਕੁਝ ਕਹਿ ਦਿੰਦੇ ਜੀ ਫਲਾਨੇ ਕਵੀ ਨੇ ਲਿਖਤਾ ਅਤੇ ਉਸ ਕਵੀ ਨੇ ਆਪਣੇ ਧਰਮ ਵਾਸਤੇ ਕਿਉਂ ਨਾ ਲਿਖ ਲਿਆ ਉਹ ਲੋਕਾਂ ਕੋਲੋਂ ਤਾਂ ਇੱਕ ਖਤ ਨਹੀਂ ਲਿਖਿਆ ਜਾਂਦਾ ਆ ਬਿਮਾਰੀ ਦੀ ਛੁੱਟੀ ਲੈਣੀ ਹੋਵੇ ਤਾਂ ਬੱਚੇ ਦੂਸਰੇ ਕੋਲੋਂ ਲਿਖਾਉਂਦੇ ਮੇਰੀ ਲਿਖਦੇ ਵਿਆਹ ਦੀ ਛੁੱਟੀ ਲੈਣੀ ਹੋਵੇ ਤਾਂ ਅਧਿਆਪਕ ਦੂਜੇ ਨੂੰ ਕਹਿੰਦੇ ਲਿਖਦੀ ਯਾਰ ਮੈਂ ਵਿਆਹ ਵਾਸਤੇ ਛੁੱਟੀ ਲੈਣੀ ਕਿਵੇਂ ਲਿਖਣੀ ਤੂੰ ਅੱਗੇ ਲਿਖੀ ਸੀ ਮੇਰੀ ਵੀ ਲਿਖਦੀ ਪੜ੍ਹਿਆ ਲਿਖਿਆ ਦਾ ਇਹ ਹਾਲ ਹੁੰਦਾ ਵੀ ਇਹਨਾਂ ਨੇ ਤਾਂ ਚਾਰ ਲਾਈਨਾਂ ਆਪ ਲਿਖਣੀਆਂ ਹੁਣ ਤਾਂ ਨਹੀਂ ਲਿਖ ਸਕਦੇ ਏਡੇ ਵੱਡੇ ਉਹ ਵੀ ਕਾਵਿ ਕਲਾ ਦੇ ਗ੍ਰੰਥ ਇੱਕ ਵਾਰਤਕ ਹੋਵੇ ਤਾਂ ਗੱਲ ਹੋਰ ਆ ਕਾਵਿ ਕਲਾ ਲਿਖਣੀ ਸੌਖੀ ਨਹੀਂ ਇਹਦੀ ਬਹਿਰ ਵੀ ਰਲਦੀ ਆ ਇਹਦੀ ਫਲਾਸਫੀ ਵੀ ਰਲਦੀ ਆ ਅਤੇ ਸ਼ਰਧਾ ਵੀ ਭਾਵਨਾ ਵੀ ਦ੍ਰਿੜਤਾ ਵੀ ਹੌਂਸਲਾ ਵੀ ਇਹ ਕੇਵਲ ਕਵੀ ਸੰਤੋਖ ਸਿੰਘ ਵਰਗੀ ਰੂਹ ਹੀ ਲਿਖ ਸਕਦੀ ਆ ਅਸੀਂ ਤਾਂ ਉਸ ਸ਼ਖਸ ਨੂੰ ਨਮਸਕਾਰ ਕਰਦੇ ਹਾਂ ਪਰ ਕੁਝ ਲੋਕ ਰੌਲਾ ਪਾ ਕੇ ਬਹਿ ਗਏ ਉਹ ਹੁੰਦਾ ਵੀ ਰੌਲਾ ਪਾਉਣ ਵਾਲੇ ਨੂੰ ਹੁੰਦਾ ਵੀ ਸਾਰਾ ਕੁਝ ਕੀਤਾ ਕਰਾਇਆ ਭਾਵੇਂ 36 ਪ੍ਰਕਾਰ ਦੇ ਪਦਾਰਥ ਦੇ ਦਿਉ ਅਤੇ ਦਾਲ 'ਚ ਮਾੜਾ ਜਿਹਾ ਇੱਕ 'ਚ ਲੂਣ ਵੱਧ ਪੈ ਗਿਆ ਅਤੇ ਭੰਡੀ ਪ੍ਰਚਾਰ ਆਣੇ ਉਹ ਦਾਲ ਵਾਲੀ ਕੋਲੀ ਚੱਕ ਕੇ ਤੁਰੇ ਫਿਰਨਾ ਉਹਨੇ ਇਹ ਨਹੀਂ ਵੇਖਣਾ ਜਿਹੜੇ 35 ਪਦਾਰਥ ਬਾਕੀ ਖਾ ਲਏ ਆ ਉਹ ਵੀ ਚੰਗੇ ਸੀਗੇ ਅਤੇ ਕਈਆਂ ਨੂੰ ਇੱਕ ਕੋੜਕੂ ਲੱਭ ਜੇ ਦਾਲ ਵਿੱਚੋਂ ਅਤੇ ਉਹ ਕੋੜਕੂ ਚੱਕ ਕੇ ਯੋਧੇ ਬਣ ਜਾਂਦੇ ਵੀ ਅਸੀਂ ਲੱਭ ਲਿਆ ਜੀ ਵਿੱਚੋਂ ਇੱਕ ਕੋੜਕੂ ਹੈਗਾ ਸੀ ਜਿਹੜੀ ਬਾਕੀ ਸਾਰਾ ਦਾਲ ਦਾ ਦੇਗਾ ਭਰਿਆ ਉਹਦੀ ਸਿਫਤ ਕਿਸੇ ਨੇ ਨਹੀਂ ਕਰਨੀ ਵੀ ਸਵਾਦ ਵੀ ਬੜੀ ਸੀ ਅਤੇ ਖਾਧੀ ਵੀ ਬਹੁਤ ਆ ਉਹ ਕੋੜਕੂ ਚੱਕ ਕੇ ਮਾਂ ਕੇ ਸ਼ੇਰ ਬਣ ਜਾਂਦੇ ਵੀ ਅਸੀਂ ਦੱਸਦੇ ਵੀ ਇਹ 'ਚ ਇੱਕ ਕੋੜਕੂ ਵੀ ਹੈਗਾ ਇਹ ਬੰਦੇ ਦੀ ਮਾਨਸਿਕ ਕਮਜ਼ੋਰੀ ਹੁੰਦੀ ਸਤਿਗੁਰੂ ਰਹਿਮਤ ਕਰਨ ਕੇ ਇਹਨਾਂ ਸਾਰਿਆਂ ਨੂੰ ਅਕਲ ਬਖਸ਼ਣ ਕਿ ਜਿਹੜੇ ਲੋਕ ਐਵੇਂ ਗਲਤ ਪ੍ਰਾਪੇ ਗੰਢੇ ਵਿੱਚ ਸੰਗਤਾਂ ਨੂੰ ਗੁੰਮਰਾਹ ਕਰਦੇ ਆ ਪਰ ਆਪਾਂ ਸਾਰੇ ਗੁਰੂ ਦੇ ਸਮਰਪਿਤ ਲੋਕ ਹਾਂ ਚੜ੍ਹਦੀ ਕਲਾ 'ਚ ਰਹੀਏ ਜਿੰਨਾ ਵੀ ਅਸੀਂ ਪੜ੍ਹ ਸਕਦੇ ਹਾਂ ਜਾਣ ਸਕਦੇ ਹਾਂ ਇਹ ਸਾਡਾ ਮਾਨਵੀ ਜਨਮ ਵਿੱਚ ਲਾਹਾ ਹੀ ਹੈ ਕਿ ਅਸੀਂ ਆਪਣੇ ਵਿਰਸੇ 'ਤੇ ਮਾਣ ਕਰ ਸਕੀਏ ਹੁਣ ਕਿਉਂਕਿ ਅੱਗੇ ਗੁਰਦੁਆਰਾ ਸਾਹਿਬ ਦਾ ਸਮਾਂ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।